ਕਿ ਲੱਖਾਂ ਕਰੋੜਾਂ ਖਰਚ ਕੇ ਪੰਡਾਲ ਬਣਾ ਰਹੇ ਹੋ, ਲੱਖਾਂ ਦੀ ਸੋਨੇ ਦੀਆਂ ਪਾਲਕੀਆਂ ਲੈ ਕੇ ਜਾ ਰਹੇ ਹੋ, ਕਿਸ ਗੁਰੂ ਨਾਨਕ ਲਈ ਜਿਹਨੇ ਪੈਰ ਦੇ ਠੁੱਡਾ ਮਾਰਿਆ ਇਹਨਾਂ ਚੀਜ਼ਾਂ ਨੂੰ? ਬਾਬਾ ਜੀ, ਸਾਨੂੰ ਸੀ ਕਿਹਾ ਕਿ ਪਹਿਲਾਂ ਵੀ ਸ਼ਤਾਬਦੀਆਂ ਬਹੁਤ ਮਨਾਈਆਂ, ਉਹਨਾਂ 'ਚੋਂ ਵੀ ਕੁਛ ਨਹੀਂ ਨਿਕਲਿਆ। ਇਹ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ ਵਾਰ ਵੀ ਕੁਛ ਨਹੀਂ ਨਿਕਲਣਾ? ਜੋ ਪਿਛਲੇ ਦੁਖਾਂਤ ਲਈ ਜੋ ਪਰਿਵਾਰ, ਇੱਕ ਪਰਿਵਾਰ ਜ਼ਿੰਮੇਵਾਰ ਹੈ, ਪਾਰਟੀ ਜ਼ਿੰਮੇਵਾਰ ਨਹੀਂ ਹੈ। 5 ਸਾਲ ਸਟੇਜਾਂ ਤੋਂ ਤੁਸੀਂ ਕਿਹੜੀ ਗੁਰੂ ਦੀ ਗੱਲ ਕਰੋਗੇ? ਤੁਸੀਂ ਕਿਸੇ ਸਟੇਜ 'ਤੇ ਜਾ ਰਹੇ ਹੋ ਬਾਬਾ ਜੀ? 5 ਚਾਰਾਂ 'ਚ ਦੇਖੋ, ਅਸੀਂ ਯਤਨ ਕੀਤਾ ਹੈ ਕਿ ਇਸ ਉਤਲ ਫੁਤਲ 'ਚੋਂ ਨਾ ਜਾਈਏ। ਇਹ 550 ਸਾਲ ਕਿਸੇ ਦੀ ਸੋਚ ਨਹੀਂ, ਬਾਪੂ ਨੇ ਆਪ ਦਿੱਤੀ ਹੈ ਸਾਨੂੰ ਕਿ ਸਿੱਖੋ ਸਮਝ ਜਾਓ। ਅੱਜ ਤੱਕ ਤੁਹਾਨੂੰ ਮੌਕਾ ਦੇਖਿਆ ਦਿੱਤਾ ਸੀ ਸਵਰਨ ਨੂੰ। ਡੇਰਾ ਬਾਬਾ ਨਾਨਕ ਜਾਂਦੇ ਹਾਂ ਤਾਂ ਉੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਬੇਦੀ ਕੁਲ ਦੇ ਵਿੱਚੋਂ ਲੋਕ ਮਿਲਦੇ ਨੇ, ਉਹ ਵੀ ਕਹਿੰਦੇ ਨੇ ਕਿ ਅਸੀਂ ਬਾਬੇ ਨਾਨਕ ਦੇ ਕੁਲ ਦੇ ਵਿੱਚੋਂ। ਕਿ ਆਪਣੇ ਵਿੱਚੋਂ ਕਿੰਨੇ ਮਤ ਨਿਕਲ ਕੇ ਗਏ ਨੇ? ਰਾਧਾ ਸਵਾਮੀ ਸਾਡੇ 'ਚੋਂ ਜਾਂਦੇ ਨੇ, ਨਿਰੰਕਾਰੀ ਸਾਡੇ 'ਚੋਂ ਜਾਂਦੇ ਨੇ, ਆ ਹੁਣ ਸੱਚਾ ਸੌਦਾ ਸਾਡੇ 'ਚੋਂ ਗਿਆ। ਕਾਰਨ ਜ਼ਾਹਰ ਪੀਰ ਜਗਤ ਗੁਰ ਬਾਬਾ, ਦੂਜਾ ਜਗਤ ਗੁਰ ਬਾਬਾ ਹੈ ਕੋਈ ਵੀ? ਯੂਦੀ ਕਹਿੰਦੇ ਸਾਡਾ, ਤਿੱਬਤੀ ਕਹਿੰਦੇ ਸਾਡਾ। ਤੁਸੀਂ ਵੀ ਜਾਣਦੇ ਹੋ ਵੱਖ ਵੱਖ ਥਾਵਾਂ 'ਤੇ, ਲੋਕ ਪਹਿਚਾਣਦੇ ਨੇ ਤੁਹਾਡੇ, ਤੁਹਾਨੂੰ ਆਪਾਂ ਕਹਿੰਦੇ ਤੁਹਾਨੂੰ ਮੱਥਾ ਵੀ ਟੇਕਦੇ ਨੇ, ਤੁਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਟੈਕਲ ਕਰਦੇ ਹੋ? ਮੈਂ ਤਾਂ ਸੰਗਤ ਨੂੰ ਬੇਅੰਤ ਵਾਰ ਬੇਨਤੀਆਂ ਕਰ ਚੁੱਕਾ, ਮੈਂ ਤਾਂ ਬੰਦੇ ਖੜ੍ਹੇ ਕਰਕੇ ਵੀ ਰੱਖੇ ਆਪਣੇ ਕੋਲ ਕਿ ਭਾਈ ਮੇਰੇ ਨੇੜੇ ਨਾ ਹੋਏ, ਦੂਰੋਂ ਫਤਿਹ ਬੁਲਾ ਲਓ। ਨਹੀਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਅਸੀਂ ਸਭ ਨੂੰ ਮੁਬਾਰਕਾਂ ਦਿੰਦੇ ਹਾਂ। ਇਸ ਵਾਰ ਪ੍ਰਕਾਸ਼ ਪੁਰਬ ਮੌਕੇ ਸਭ ਤੋਂ ਵੱਡੀ ਜੋ ਵੱਡਾ ਤੋਹਫਾ ਕਹਿ ਲਈਏ ਜੋ ਸਿੱਖ ਸੰਗਤ ਨੂੰ ਮਿਲਣ ਜਾ ਰਿਹਾ, ਉਹ ਹੈ ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ। ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਨਾਲ ਸਿੱਖ ਸੰਗਤ ਭਾਰਤ ਵਾਲੇ ਪਾਸਿਓਂ ਜਾ ਕੇ ਸਿੱਧਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੀ ਹੈ, ਪਰ ਉਸ ਤੋਂ ਪਹਿਲਾਂ ਵੀ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀ ਸੀ ਦੂਰਬੀਨ ਰਾਹੀਂ। ਦੂਰਬੀਨ ਰਾਹੀਂ ਉੱਥੇ ਇੱਕ ਦਰਸ਼ਨੀ ਸਥਲ ਬਣਿਆ ਹੋਇਆ ਸੀ, ਜਿਹੜਾ ਕਿ ਬਣਾਇਆ ਸੀ ਗੁਰੂ ਨਾਨਕ ਸਾਹਿਬ ਦੀ ਕੁੱਲ ਦੇ ਵਿੱਚੋਂ, ਗੁਰੂ ਨਾਨਕ ਸਾਹਿਬ ਦੀ ਅੰਸ਼ ਵੰਸ਼ ਦੇ ਵਿੱਚੋਂ ਬਾਬਾ ਸਰਬਜੋਤ ਸਿੰਘ ਬੇਦੀ ਦੀਆਂ ਕੋਸ਼ਿਸ਼ਾਂ ਦੇ ਨਾਲ ਉੱਥੇ ਦਰਸ਼ਨੀ ਸਥਲ ਬਣਿਆ ਸੀ। ਅਤੇ ਗੁਰੂ ਨਾਨਕ ਸਾਹਿਬ ਦੀ 17ਵੀਂ ਪੀੜ੍ਹੀ ਦੇ ਵਿੱਚੋਂ ਬਾਬਾ ਸਰਬਜੋਤ ਸਿੰਘ ਬੇਦੀ ਮੰਨੇ ਜਾਂਦੇ ਨੇ। ਬਾਬਾ ਜੀ ਅੱਜ ਸਾਡੇ ਨਾਲ ਨੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਦਾ ਖਾਲਸ ਟੀਵੀ 'ਤੇ ਬਹੁਤ ਬਹੁਤ ਸਵਾਗਤ ਹੈ। ਸੋ ਸਭ ਤੋਂ ਪਹਿਲਾਂ ਇਹੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ, ਕਿਉਂਕਿ ਤੁਸੀਂ ਗੁਰੂ ਸਾਹਿਬ ਦੀ ਪੀੜ੍ਹੀ ਦੇ ਵਿੱਚੋਂ ਹੈਗੇ ਹੋ, ਔਰ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਇੰਨੇ ਵੱਡੇ ਪੱਧਰ 'ਤੇ ਇਸ ਵਾਰ ਮਨਾਇਆ ਜਾ ਰਿਹਾ 550 ਸਾਲਾ, ਤੁਸੀਂ ਕੀ ਕਰ ਰਹੇ ਹੋ? ਬੇਨਤੀ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ, ਔਰ ਬੜੀ ਖੁਸ਼ੀ ਦੀ ਗੱਲ ਵੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਪੁਰਬ ਨੂੰ ਅਸੀਂ ਇੱਕ ਸ਼ਤਾਬਦੀ ਦੇ ਰੂਪ ਵਿੱਚ ਮਨਾਉਣ ਦਾ ਪ੍ਰਯਾਸ ਕਰ ਰਹੇ ਹਾਂ ਜੀ। ਪਰ ਇੱਕ ਸਵਾਲ ਬੜਾ ਵੱਡਾ ਹਰ ਗੁਰਸਿੱਖ ਦੇ ਅੰਦਰ ਖੜ੍ਹਾ ਹੁੰਦਾ ਹੈ ਕਿ 550 ਸਾਲਾ ਕਿਉਂ? ਅਤੇ 550, ਕਿਉਂਕਿ ਸ਼ਤਾਬਦੀਆਂ ਤਾਂ ਮੰਨੀਆਂ ਜਾਂਦੀਆਂ, ਸ਼ਤਾਬਦੀਆਂ ਪਿੱਛੇ ਮਨਾਈਆਂ ਨੇ ਜੀ ਜੀ, ਅਤੇ ਗੁਰੂ ਸਾਹਿਬ ਦੀ ਅਸੀਂ ਅਰਧ ਸ਼ਤਾਬਦੀ ਮਨਾ ਰਹੇ ਹਾਂ, ਅਤੇ ਇਸ ਵਿੱਚੋਂ ਪਿਛਲੀਆਂ ਸ਼ਤਾਬਦੀਆਂ 'ਚੋਂ ਸਾਨੂੰ ਕੁਛ ਨਹੀਂ ਮਿਲਿਆ, ਕੇਵਲ ਤਾਂ ਕੇਵਲ ਵਿਵਾਦਿਤ ਖੇਡਾਂ ਬਣੀਆਂ, ਆਪਸੀ ਮਨ ਮਟਾ, ਆਪਸੀ ਖਿੰਡਰਾਓ ਦੀ ਇੱਕ ਦ੍ਰਿਸ਼ ਦੁਨੀਆ ਨੇ ਵੇਖਿਆ ਜੀ ਜੀ। ਅਤੇ ਕਿਉਂਕਿ ਇਹ ਜੋ ਸ਼ਤਾਬਦੀ ਅਸੀਂ ਅੱਜ ਅਰਧ ਸ਼ਤਾਬਦੀ ਮਨਾਉਣ ਜਾ ਰਹੇ ਹਾਂ, ਇਹ ਸਿੱਖ ਲਈ ਇੱਕ ਬੜੀ ਔਰ ਕੌਮ ਲਈ ਔਰ ਦੁਨੀਆ ਲਈ ਇੱਕ ਬੜੀ ਵੱਡੀ ਅਹਿਮੀਅਤ ਰੱਖਦੀ ਹੈ, ਇਸ ਕਰਕੇ ਕਿਉਂਕਿ ਇਹ ਸ਼ਤਾਬਦੀ ਹੈ ਸਭ ਤੋਂ ਵੱਡੇ ਦੀ। ਬਿਲਕੁਲ, ਬਾਬੇ ਨਾਨਕ ਤੋਂ ਵੱਡਾ ਗੁਰਸਿੱਖ ਵਾਸਤੇ ਕੋਈ ਦੂਸਰਾ ਹੋ ਨਹੀਂ ਸਕਦਾ। ਅਤੇ ਜੋ ਮੌਜੂਦਾ ਹਾਲਾਤ ਨੇ ਕੌਮ ਦੇ ਔਰ ਸਾਡੀ ਗੁਰਸਿੱਖੀ ਦੇ, ਜੇ ਇਹਨਾਂ ਨੂੰ ਦੇਖੀਏ, ਬੜੀ ਤਰਸਲੋਕ ਯੋਗ ਹਾਲਾਤਾਂ 'ਚੋਂ ਅਸੀਂ ਗੁਜ਼ਰ ਰਹੇ ਹਾਂ। ਅਤੇ ਅਖੀਰੀ ਸਮਾਂ ਜੋ ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਸਾਹਿਬ 'ਚ ਬੀਤਦਾ ਹੈ ਜੀ, ਉੱਥੇ ਦੁਨੀਆ ਨੂੰ ਇੱਕ ਮਹਾਨ ਸਿਧਾਂਤ ਦੇ ਦਾਇਰੇ ਵਿੱਚ ਲਿਆਉਣ ਦੇ
ਦਾ ਸੰਦੇਸ਼ ਦਿੰਦੇ ਨੇ ਕਿ ਕਿਰਤ ਕਰ ਨਾਮ ਜਪ ਅਤੇ ਵੰਡ ਕੇ ਛੱਕ। ਇਸ ਦਾਇਰੇ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਬੀਤਿਆ ਅਤੇ ਅੱਜ ਜੇ ਅਸੀਂ ਅਰਧ ਸ਼ਤਾਬਦੀ ਮਨਾ ਰਹੇ ਹਾਂ ਤਾਂ ਜੇ ਅਸੀਂ ਇੱਕ ਹੋ ਕੇ ਨਹੀਂ ਮਨਾਉਂਦੇ ਤਾਂ ਮੈਂ ਸਮਝਦਾ ਇਸ ਵਿੱਚੋਂ ਸਾਡੀ ਅਸਲੀ ਰੂਪ ਰੇਖਾ ਜੋ ਗੁਰੂ ਨਾਨਕ ਦੀ ਖੇਡ ਅਸੀਂ ਸਮਝਣੀ ਚਾਹੁੰਦੀ ਸੀ ਅਸੀਂ ਨਹੀਂ ਸਮਝ ਸਕਾਂਗੇ। ਕੇਵਲ ਕੀਰਤਨ ਦਰਬਾਰ ਕਰ ਲੈਣੇ, ਨਗਰ ਕੀਰਤਨ ਕੱਢ ਲੈਣੇ, ਫੁੱਲਾਂ ਦੀਆਂ ਵਰਖਾਂ ਕਰ ਲੈਣੀਆਂ, ਸਾਊਂਡ ਐਂਡ ਲਾਈਟ ਸ਼ੋਅ ਕਰ ਲੈਣੇ, ਜੋ ਜੋ ਕੁਛ ਅੱਜ ਕੱਲ੍ਹ ਹੋ ਰਿਹਾ, ਕੀ ਇਸ ਵਿੱਚੋਂ ਅਸੀਂ ਸਿੱਖ ਨੂੰ ਆਪਣੇ ਮਹਾਨ ਸਿਧਾਂਤ ਦਾ ਕੋਈ ਸੰਦੇਸ਼ ਦੇ ਸਕਾਂਗੇ? ਸੋ ਕੀ ਲੱਗਦਾ ਬਾਬਾ ਜੀ ਤੁਹਾਨੂੰ, ਸੀ ਕਿਹਾ ਕਿ ਪਹਿਲਾਂ ਵੀ ਸ਼ਤਾਬਦੀਆਂ ਬਹੁਤ ਮਨਾਈਆਂ, ਉਹਨਾਂ 'ਚੋਂ ਵੀ ਕੁਛ ਨਹੀਂ ਨਿਕਲਿਆ, ਇਹ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ ਵਾਰ ਵੀ ਕੁਛ ਨਹੀਂ ਨਿਕਲਣਾ? ਇਕੱਠੇ ਹੋ ਕੇ ਕਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਹੋ ਕੇ ਨਹੀਂ ਮਨਾ ਰਹੇ ਤਾਂ ਕੀ ਕਰਨਾ ਚਾਹੀਦਾ ਸ਼ਤਾਬਦੀ ਮੌਕੇ? ਹਾਲੀ ਸਮਾਂ ਸਾਡੇ ਕੋਲ ਹੈ, ਪਹਿਲਾਂ ਤਾਂ ਯਤਨ ਹੈ। ਦੇਖੋ ਨਾ ਜੀ, ਅਸੀਂ ਸਿੱਖਾਂ ਦੀ ਜੋ ਚੜ੍ਹਤ ਦੀ ਖੇਡ ਕਿਤੇ ਦੇਖੀਏ, ਇੱਕ ਸਮਾਂ ਸੀ ਜਦ ਦਰੇ ਖੈਬਰ ਤੋਂ ਲੈ ਕੇ ਦਿੱਲੀ ਦੀਆਂ ਹੱਦਾਂ ਤੱਕ ਖਾਲਸਾ ਹੀ ਪਰਚਮ ਲਹਿਰਾਉਂਦਾ ਸੀ, ਵੀ ਇੱਕ ਇਤਿਹਾਸ ਹੈ। ਔਰ ਉਸ ਇਤਿਹਾਸ ਵਿੱਚ ਸਭ ਤੋਂ ਵੱਡੀ ਜੋ ਖੇਡ ਸੀ ਨਾ, ਉੱਥੇ ਦੇ ਇੱਕ ਹੋਵੇ ਤਾਂ ਉਗਵੇ ਦਾ ਜਿਹੜਾ ਸਿਧਾਂਤ ਸੀ, ਕੌਮ ਇੱਕ ਸੀ। ਅੱਜ ਬੰਦਾ ਕੋਈ ਤੁਲਦਾ ਹੈ, ਕੋਈ ਗੱਲ ਸਟੇਜਾਂ ਵੱਲ ਚਲੀਏ, ਪ੍ਰਚਾਰ ਦੇ ਸਿਸਟਮ ਵੱਲ ਚਲੀਏ, ਹਰ ਕੋਈ ਆਪਣੀ ਸੋਚ ਨਾਲ ਗੁਰੂ ਦੀ ਗੱਲ ਕਰਨ ਦਾ ਪ੍ਰਯਾਸ ਕਰਦਾ ਹੈ। ਗੁਰੂ ਨੂੰ ਸਮਰਪਿਤ ਹੋਣ ਵਾਲੇ ਬੜੇ ਵਿਰਲੇ ਮਿਲਣਗੇ ਸਾਨੂੰ ਪ੍ਰਚਾਰਕ। ਸੋ ਮੈਂ ਸਮਝਦਾ ਇਸ ਕਾਰਜ ਨੂੰ ਸਾਰਥਕ ਰੂਪ ਵਿੱਚ ਲਿਆਉਣ ਵਾਸਤੇ ਇਹ ਧਰਮ ਦੇ ਨਾਲ ਜੁੜੀ ਹੋਈ ਇਹ ਖੇਡ ਸੀ, ਔਰ ਧਾਰਮਿਕ ਸ਼ਖਸੀਅਤਾਂ ਨੂੰ ਹੀ ਇਸ ਦੀ ਅਗਵਾਈ ਕਰਨ ਦੀ ਅਗਵਾਈ ਦੇਣ ਦਾ ਸਾਨੂੰ ਯਤਨ ਕਰਨਾ ਚਾਹੀਦਾ ਸੀ ਜੀ। ਦੂਸਰੀ ਗੱਲ ਇਹ ਵੀ ਕਹੀ ਜਾ ਸਕਦੀ ਹੈ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਾਡੀ ਇੱਕ ਧਾਰਮਿਕ ਸੰਸਥਾ ਹੈ, ਅਸੀਂ ਮੰਨਦੇ ਹਾਂ। ਉਸਨੂੰ ਬਣਾਉਣ ਵਾਸਤੇ, ਉਸਨੂੰ ਕਾਇਮ ਕਰਨ ਵਾਸਤੇ ਬੜੀਆਂ ਕੁਰਬਾਨੀਆਂ ਹੋਈਆਂ ਨੇ। ਪੁਰਾਤਨ ਗੁਰਸਿੱਖ ਜੋ ਪੁਰਾਤਨ ਦੇ ਮੈਂਬਰ ਸਾਹਿਬਾਨ ਸੀ, ਉਹਨਾਂ ਦੇ ਪਿੱਛੇ ਵੀ ਬੜਾ ਇੱਕ ਸੁਨਹਿਰਾ ਇਤਿਹਾਸ ਵੀ ਹੈ ਜੀ ਜੀ। ਪਰ ਜੋ ਮੌਜੂਦਾ ਸਥਿਤੀ ਹੈ, ਇਹ ਕੁਛ ਮਾਇਕ ਜੰਜਾਲ ਵਿੱਚ ਐਸੇ ਅਸੀਂ ਫਸ ਚੁੱਕੇ ਹਾਂ, ਇੱਕ ਪਰਿਵਾਰ ਦੇ ਗਲਬੇ ਦੇ ਵਿੱਚ ਆ ਕੇ ਜੋ ਪਿਛਲੇ ਦੁਖਾਂਤ ਲਈ ਜੋ ਪਰਿਵਾਰ ਹੈ, ਇੱਕ ਪਰਿਵਾਰ ਜ਼ਿੰਮੇਵਾਰ ਹੈ, ਇੱਕ ਪਾਰਟੀ ਜ਼ਿੰਮੇਵਾਰ ਨਹੀਂ ਹੈ। ਅਸੀਂ ਪਾਰਟੀ ਨੂੰ ਜ਼ਿੰਮੇਵਾਰ ਨਹੀਂ ਸਮਝਦੇ, ਪਰ ਉਸ ਪਾਰਟੀ ਦਾ ਹਾਵੀ, ਉਸ ਵਿਅਕਤੀ ਦਾ ਹਾਵੀ ਹੋਣ, ਉਸ ਪਰਿਵਾਰ ਦਾ ਹਾਵੀ ਹੋਣ ਕਾਰਨ ਹੀ ਅੱਜ ਦਾ ਇਹ ਦੁਖਾਂਤ ਹੈ ਕੌਮ ਵਿੱਚ। ਮੈਂ ਸਮਝਦਾ ਸੀ ਜੇ ਉਹ ਉਹਨਾਂ ਅੰਦਰ ਕੋਈ ਸਿੱਖੀ ਦੀ ਚਿਣਗ ਜਾਂ ਸਿੱਖੀ ਦੀ ਦਰਦ ਹੋਵੇ ਤਾਂ ਉਹ ਆਪਣੇ ਇਹਨਾਂ ਹਾਲਾਤਾਂ ਨੂੰ ਜੋ ਉਹਨਾਂ ਦੇ ਰਾਜ ਵਿੱਚ ਬੀਤੇ ਨੇ, ਉਹਨਾਂ ਦਾ ਦੀ ਜ਼ਿੰਮੇਵਾਰੀ ਪ੍ਰਵਾਨ ਕਰਦੇ ਹੋਏ ਅਤੇ ਇਸ ਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਅਰਧ ਸ਼ਤਾਬਦੀ ਦਾ ਉਹ ਧਰਮੀ ਜੇ ਸਾਡੀ ਉਸ ਸੰਸਥਾ ਨੂੰ ਵੀ ਚਲੋ ਠੀਕ ਹੈ ਸਤਿਕਾਰ ਹੈ, ਯਾਨੀ ਕਿ ਜੋ ਸਾਰਾ ਕੁਛ ਹੁਣ ਹਾਲਾਤ ਬਣੇ ਹੋਏ ਨੇ ਸ਼ਤਾਬਦੀ ਹੈ ਜਿਹੜੀ, ਉਹਦੇ ਵਿੱਚ ਵੀ ਪੋਲੀਟਿਕਸ ਹੋ ਰਹੀ ਹੈ, ਸਮਾਗਮ ਮਨਾਉਣ ਦੀ ਰਾਜਨੀਤੀ ਹਾਵੀ ਹੈ। ਤੁਹਾਨੂੰ ਲੱਗਦਾ ਹੈ ਬਾਬਾ ਜੀ ਕਿ ਇਹ SGPC ਹੈ ਜੋ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਜਾਂ ਸਹੀ ਹੱਥਾਂ ਦੇ ਵਿੱਚ ਨਹੀਂ ਹੈਗੀ ਤਾਂ ਕਰਕੇ ਹੋ ਰਿਹਾ ਸਭ ਕੁਛ? ਬੇਨਤੀ ਹੈ ਬੀਬਾ ਜੀ ਕਿ ਦੇਖੋ, ਇਹ SGPC ਦਾ ਜੋ ਮੈਂਬਰ ਹੈ ਉਹ ਕੌਣ ਮੈਂਬਰ ਹੋ ਸਕਦਾ ਹੈ? ਉਹਦੀ ਵੀ ਇੱਕ ਵੇਸ਼ਭੂਸ਼ਾ, ਉਹਦੇ ਪਰਿਵਾਰ ਦੀ ਇੱਕ ਪੂਰਾ ਸਿਧਾਂਤ ਸਾਡੇ ਕੋਲ ਪਿਆ, ਜਿਹਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਵੇ, ਸਿੱਖੀ ਸਿਧਾਂਤ ਨੂੰ ਸਮਝਣ ਵਾਲਾ ਹੋਵੇ, ਨਿਤਨੇਮੀ ਹੋਵੇ। ਔਰ ਅੱਜ ਦਾ SGPC ਮੈਂਬਰ, ਮਾਫ਼ ਕਰਨਾ, ਮੈਂ ਸਮਝਦਾ ਸ਼ਾਇਦ ਕਈਆਂ ਨੂੰ ਤਾਂ ਇਹੀ ਨਹੀਂ ਪਤਾ ਹੋਣਾ ਕਿ ਸਾਡੀਆਂ ਬਾਣੀਆਂ ਕਿਹੜੀਆਂ ਨੇ ਨਿਤਨੇਮ ਦੀਆਂ। ਐਸੇ ਵਿਅਕਤੀ ਵੀ ਹਨ, ਮੈਂ ਦੇਖੇ ਨੇ ਕਈ ਐਸੇ ਬੰਦੇ, ਕਈਆਂ ਦੇ ਜਿਵੇਂ ਮੂਲ ਮੰਤਰ ਦੀ ਗੱਲ ਚੱਲਦੀ ਹੈ, ਕੋਈ ਗੁਰਪ੍ਰਸਾਦ ਦੀ ਗੱਲ ਕਰਦਾ, ਕੋਈ ਨਾਨਕ ਹੋਸੀ ਵੀ ਸੱਚ ਦੀ ਗੱਲ ਕਰਦਾ। ਮੈਂ ਪੁਰਾਣੇ ਸਮੇਂ ਦੀ ਗੱਲ ਕਰਾਂ ਅਤੇ ਅੰਮ੍ਰਿਤਸਰ ਵਿੱਚ ਜਦੋਂ ਅਸੀਂ ਸਿੱਖੀ ਦਾ 1999 ਸ਼ਤਾਬਦੀ ਮਨਾਉਣ ਲੱਗੇ ਸੀ
ਅਤੇ ਉਸ ਸਮੇਂ 'ਤੇ ਇੱਕ ਮੀਟਿੰਗ ਵਿੱਚ ਮੈਂ ਗੁਰਦਨ ਸਿੰਘ ਟੌੜਾ ਦਾ, ਮੈਂ ਵੀ ਕਮੇਟੀ ਦਾ ਮੈਂਬਰ ਸੀ, ਉੱਥੇ ਮੂਲ ਕੁਛ ਸਤਪੁਰਸ਼ ਵੀ ਸਨ, ਮਹਾਂਪੁਰਸ਼ ਵੀ ਸਨ, ਉਹ ਮੂਲ ਮੰਤਰ ਪੜ੍ਹ ਰਹੇ ਨੇ ਅਤੇ ਗੁਰਪ੍ਰਸਾਦ ਤੱਕ ਵੀ ਪੜ੍ਹ ਗਏ, ਕੋਈ ਨਾਨਕ ਖੁਸ਼ਰਤ ਪੜ੍ਹ ਕੇ, ਉੱਥੇ ਆਪਸੀ ਥੋੜ੍ਹੀ ਜਿਹੀ ਵਿਚਾਰ ਵਟਾਂਦਰਾ ਹੋਇਆ ਅਤੇ ਮੈਂ ਮੈਂਬਰ ਅੱਜ ਦੁਨੀਆ 'ਚ ਨਹੀਂ ਹੈ। ਮੈਂ ਜੇ ਉਸਦੀ ਮੈਨੂੰ ਕੰਨ ਵਿੱਚ ਕਹਿੰਦਾ, ਬਾਬਾ ਜੀ ਮੂਲ ਮੰਤਰ ਕੀ ਹੁੰਦਾ? ਅਤੇ ਮੈਂ ਉਹਨੂੰ ਬੇਨਤੀ ਇਹੀ ਕੀਤੀ, ਮੈਂ ਕਿਹਾ ਭਾਈ ਗੁਰਮੁਖਾ ਮੈਨੂੰ ਤਾਂ ਪਤਾ ਨਹੀਂ, ਤੂੰ ਪ੍ਰਧਾਨ ਸਾਹਿਬ ਨੂੰ ਪੁੱਛ। ਐਸੀ ਸ਼ਖਸੀਅਤਾਂ ਨੂੰ ਜਦ ਮੈਂਬਰ ਬਣਨ ਲੱਗ ਗਏ ਜੀ, ਅਤੇ ਅਸੀਂ ਉਹਦਾ 'ਚੋਂ ਕੋਈ ਆਸ ਜਾਂ ਕੋਈ ਧਰਮ ਦੀ ਤੋਜਾ ਤੁਖ ਦੀ ਨਜ਼ਰ ਨਹੀਂ ਆਉਂਦੀ ਜੀ, ਅਤੇ ਅਸੀਂ ਇਹੀ ਯਤਨਸ਼ੀਲ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਐਸੀਆਂ ਸ਼ਖਸੀਅਤਾਂ ਜਿਹੜੀਆਂ ਕਿ ਨਿਰਾਸ਼ਤਾ ਦੀ ਗੱਲ, ਅੱਜ ਦੀ ਡੇਟ ਵਿੱਚ ਨਾ ਸਾਡੀ ਕੌਮ ਇੱਕ ਬੜੇ ਨਿਰਾਸ਼ਤਾ ਤੋਂ ਦੌਰ ਤੋਂ ਗੁਜ਼ਰ ਰਹੀ ਹੈ, ਔਰ ਬੜੇ ਸੱਚੇ ਜੀਵਨ ਵਾਲੇ ਸਿੱਖ ਬਾਣੇ ਵਿੱਚ ਨਹੀਂ, ਸਤਪੁਰਸ਼ ਸਤਿਕਾਰਤ ਨੇ, ਪਰ ਬਾਣੇ ਤੋਂ ਬਾਹਰ ਵੀ ਐਸੀਆਂ ਐਸੀਆਂ ਸ਼ਖਸੀਅਤਾਂ ਤੁਹਾਨੂੰ ਮਿਲਣਗੀਆਂ ਜੋ ਆਪਣੀ ਇੱਜ਼ਤ ਆਪਣੀ ਪੱਗ ਨੂੰ ਬਚਾ ਕੇ ਆਪਣੇ ਘਰਾਂ 'ਚ ਬੈਠੀਆਂ ਨੇ। ਦਰਦ ਵੀ ਹੈ, ਪੀੜਾ ਵੀ ਹੈ, ਮੈਂ ਉਹਨਾਂ ਕੋਲ ਜਾ ਕੇ ਯਤਨ ਵੀ ਕੀਤਾ, ਪਰ ਉਹ ਵੀ ਅੱਗੇ ਜਵਾਬ ਇੱਕੋ ਹੀ ਦਿੰਦੇ ਨੇ ਕਿ ਬਾਬਾ ਜੀ ਹੁਣ ਕੋਈ ਫਿਰ ਫਾਇਦਾ ਨਹੀਂ। ਪਰ ਦੂਸਰੇ ਪਾਸੇ ਜੇ ਮੈਂ ਅਸੀਂ ਆਪਣੇ ਆਪ ਕਿਤੇ ਨਿਤਨੇਮ ਬਾਣੀ ਪੜ੍ਹਦੇ ਹਾਂ, ਕਿਤੇ ਬਾਪੂ ਨੂੰ ਪੁੱਛੀਏ, ਤਾਂ ਮੈਂ ਸਮਝਦਾ ਕਿ ਬਾਪੂ ਨੇ ਅਰਧ ਸ਼ਤਾਬਦੀ ਸਾਨੂੰ ਆਪਣੇ ਮਾਰਗ ਨੂੰ ਦਰਸਾਉਣ ਵਾਸਤੇ ਇੱਕ ਸਮਾਂ ਬਖਸ਼ਿਆ ਜੀ, ਕਿ ਸ਼ਤਾਬਦੀ ਤੱਕ ਜੇ ਅਸੀਂ ਗੁਰੂ ਦੀ ਸੱਚੀ ਸੁੱਚੀ ਸੋਚ ਨੂੰ ਪਟੜੀ 'ਤੇ ਲੈ ਆਈਏ ਸਾਡੀ ਗੱਲ ਬਣ ਜਾਏਗੀ। ਜੇ ਪਾਕਿਸਤਾਨ ਵੀ ਪਰ ਦੋ ਬਾਰਡਰ ਦੇ ਟੈਨਸ਼ਨ ਦੇ ਬਾਵਜੂਦ ਲਾਂਘਾ ਖੁੱਲ੍ਹ ਰਿਹਾ ਹੈ, ਇੱਕ ਮੈਂ ਸਮਝਦਾ ਵੱਡੀ ਵੱਡੀ ਉਪਲਬਧੀ ਵੀ ਹੈ, ਇਹ ਨਹੀਂ ਕਿ ਹੋ ਸਕਦਾ ਇਹ ਗੱਲਾਂ ਜਿਹੜੀਆਂ ਨੇ ਅੱਜ ਅਸੀਂ ਮਹਿਸੂਸ ਕਰਦੇ ਹਾਂ ਕੱਲ੍ਹ ਨੂੰ ਹੱਲ ਵੀ ਕੀਤੀਆਂ ਜਾ ਸਕਦੀਆਂ ਨੇ, ਪਰ ਮੈਂ ਇੱਕ ਵੱਡੀ ਗੱਲ ਜੇ ਸਮਝਦਾ ਹਾਂ ਨਾ ਜੀ, ਇਹ ਕਰਤਾਰਪੁਰ ਸਾਹਿਬ ਦੀ ਸੱਚੀ ਸੁੱਚੀ ਲਾਂਘੇ ਖੁੱਲ੍ਹਣ ਦੀ ਖੁਸ਼ੀ ਉਦੋਂ ਹੋ ਸਕਦੀ ਹੈ ਜਦ ਇਹ ਬਾਰਡਰ ਦੀ ਰਿਸਟ੍ਰਿਕਸ਼ਨ ਸਾਡੀ ਖਤਮ ਹੋ ਸਕੇ। ਇਹ ਹੋ ਸਕਦੀ ਹੈ, ਜਿਵੇਂ 1961 ਵਿੱਚ ਹੁਸੈਨੀ ਵਾਲਾ ਬਾਰਡਰ ਪਾਕਿਸਤਾਨ ਦਾ ਹਿੱਸਾ ਸੀ ਜੀ, ਉੱਥੇ ਸੁਖਦੇਵ ਜੀ ਦੀ, ਭਗਤ ਸਿੰਘ ਜੀ ਦੀ, ਰਾਜਗੁਰੂ ਦੀ, ਇਹਨਾਂ ਦੀਆਂ ਸਮਾਧਾਂ ਸਨ, ਅਤੇ ਉਸ ਸਮਾਧਾਂ ਨੂੰ ਹਿੰਦੁਸਤਾਨ ਦੀ ਧਰਤੀ 'ਤੇ ਐਕਸਚੇਂਜ, ਟੈਰੀਟਰੀ ਐਕਸਚੇਂਜ ਕਰਕੇ ਲਿਆਂਦਾ ਗਿਆ, ਕਿ ਇਹ ਸਾਡੇ ਕਾਮਲ ਸਤਿਗੁਰ ਦਾ ਦਰ ਹੈ ਔਰ ਇੱਥੋਂ ਸਿਧਾਂਤ ਕੌਮ ਨੂੰ ਪ੍ਰਾਪਤ ਹੋਇਆ ਕਰਤਾਰਪੁਰ ਦੀ ਧਰਤੀ ਤੋਂ ਜੀ, ਅਤੇ ਉਸ ਕਰਤਾਰਪੁਰ ਦੀ ਧਰਤੀ ਵਾਸਤੇ ਕਿਤੇ ਸਿਰ ਜੋੜ ਕੇ ਯਤਨ ਕੀਤੇ ਜਾਣ ਕਿ ਉਹ ਇਲਾਕਾ ਸਾਡੇ 'ਚ ਆ ਜਾਏ, ਤਾਂ ਅਸੀਂ ਉਹਨੂੰ ਦੇ ਜਾਈਏ, ਵੱਖਰੀ ਇਹ ਲੰਬੀ ਖੇਡ ਹੈ, ਪਰ ਇੱਕ ਡਿਮਾਂਡ ਹੈ ਸਾਡੇ ਮਨ ਵਿੱਚ, ਇਹ ਜਿਹੜੀ ਗੱਲ ਹੈ ਆਉਣ ਵਾਲੇ ਸਮੇਂ 'ਚ ਉੱਭਰਨੀ ਚਾਹੀਦੀ ਹੈ। ਪਰ ਜੋ ਹੁਣ ਹੋ ਰਿਹਾ, ਜੇ ਅਸੀਂ ਇੱਕ ਹੋਈਏ ਤਾਂ ਉੱਭਰੇਗੀ ਨਾ ਜੀ ਜੀ, ਹੁਣ ਜਿਵੇਂ ਤੁਸੀਂ ਦੇਖੋ ਸੁਲਤਾਨਪੁਰ ਦੀ ਧਰਤੀ ਹੈ, ਇੱਥੇ ਮਹਾਰਾਜ ਦਾ ਪੁਰ ਬਣਾਇਆ ਜਾਣਾ, ਉੱਥੇ ਐਲਾਨ ਹੋ ਗਏ 5-4 ਸਟੇਜ ਲੱਗ ਜਾਣੇ, ਬਿਲਕੁਲ 5-7 ਸਟੇਜਾਂ ਤੋਂ ਤੁਸੀਂ ਕਿਹੜੀ ਗੁਰੂ ਦੀ ਗੱਲ ਕਰੋਗੇ? ਤੁਸੀਂ ਕਿਸੇ ਸਟੇਜ 'ਤੇ ਜਾ ਰਹੇ ਹੋ ਬਾਬਾ ਜੀ 5-4 ਚੋਂ? ਦੇਖੋ ਜੀ, ਅਸੀਂ ਯਤਨ ਕੀਤਾ ਹੈ ਕਿ ਇਸ ਉਤਲ ਫੁਤਲ 'ਚੋਂ ਨਾ ਜਾਈਏ, ਜੇ ਬਾਪੂ ਦੀ ਸਹੀ ਖੇਡ ਦੁਨੀਆ ਤੱਕ ਪਹੁੰਚਾਉਣੀ ਹੈ ਤਾਂ ਉਸ ਵਾਸਤੇ ਸਾਨੂੰ ਆਪਣੇ ਸਹੀ ਸੋਚ ਦੇ ਗੁਰਸਿੱਖਾਂ ਦੀ ਇੱਕ ਜਮਾਤ ਨੂੰ ਲੈ ਕੇ ਇੱਕ ਪਲੈਟਫਾਰਮ ਬਣਾਇਆ ਜਾਏ, ਉਸ ਲਈ ਅਸੀਂ ਯਤਨਸ਼ੀਲ ਹਾਂ, ਇੱਕ ਅਸੀਂ ਸਤਪੁਰਸ਼ਾਂ ਦੀ ਔਰ ਦੁਨਿਆਵੀ ਬੁੱਧੀਜੀਵੀ ਵਰਗ, ਪ੍ਰੋਫੈਸਰ ਸਾਹਿਬਾਨ, ਸਿੱਖੀ ਦੇ ਕੋਈ ਵੀ ਗੁਰਸਿੱਖ ਜਿਹਦੇ ਨਾਲ ਸਿੱਖੀ ਦੀ ਚੜ੍ਹਨ ਜਾਗਦੀ ਹੈ, ਉਹਦੇ ਵਾਸਤੇ ਇੱਕ ਸੰਸਥਾ ਦਾ ਅਸੀਂ ਪ੍ਰਯੋਜਨ ਕੀਤਾ ਹੈ, ਹਾਲੇ ਅਸੀਂ ਰਜਿਸਟਰ ਨਹੀਂ ਕਰਾਈ, ਨਾਮ ਦਿੱਤਾ ਹੈ ਗੁਰਮਤਿ ਪ੍ਰਚਾਰ ਸੰਤ ਸਭਾ। ਸੰਤ ਸਭਾ ਇਸ ਕਰਕੇ ਕਿ ਸੰਤ ਵੀ ਹੋਣ ਅਤੇ ਸਾਡੇ ਜਗਿਆਸੂ ਗੁਰੂ ਕੇ ਲਾਲ ਗੁਰੂ ਕੇ ਸਿੱਖ ਵੀ ਸ਼ਮੂਲੀਅਤ ਕਰਕੇ, ਔਰ ਜੋ ਇਹ ਬਿਮਾਰੀ ਸਾਡੀ ਕੌਮ ਨੂੰ ਲੱਗਣੀ ਹੈ, ਸਾਰੀ ਕੌਮ ਨੂੰ ਸਿਰਫ ਜੋੜਨਾ ਪੈਣਾ ਜੀ। ਇਹਦਾ ਪ੍ਰਚਾਰ ਦਾ ਮਿਸ਼ਨ ਹੋਏਗਾ ਜਾਂ ਫਿਰ ਰਾਜਸੀ ਮੰਤਵ ਵੀ ਹੋਏਗਾ? ਇਹਦਾ ਰਾਜਸੀ ਮੰਤਵ ਇਹ ਕਿ ਅਕਾਲ ਤਖਤ ਦੀ ਆਜ਼ਾਦ ਹਸਤੀ ਵੱਲ ਸਾਨੂੰ ਸੋਚਣਾ, ਸਾਨੂੰ ਮਜਬੂਰ ਨੂੰ ਸੋਚਣਾ ਪਏਗਾ ਜੀ, ਕਿਉਂਕਿ ਉਹ ਸਾਡਾ ਇੱਕ ਮੱਕਾ ਕਾਬਾ ਹੈ। ਅੱਜ ਹਰ ਵਰਗ ਵਿੱਚ ਅਸੀਂ ਇੱਕ ਨਿਰਾਸ਼ਤਾ, ਦੁਨੀਆ ਹਿੰਦੁਸਤਾਨ ਦੀ ਧਰਤੀ ਛੱਡਣ ਲਈ
ਚਿੰਤਤ ਹੈ ਔਰ ਮੈਨੂੰ ਇਹ ਮਹਿਸੂਸ ਹੋ ਰਿਹਾ ਸਰਕਾਰ ਵੀ ਚਾਹਵਾਨ ਹੈ ਕਿ ਜਿੰਨੀ ਛੇਤੀ ਹੋਏ ਸਿੱਖਾਂ ਨੂੰ ਪੰਜਾਬ ਖਾਲੀ ਕੀਤਾ ਜਾਏ। ਬਿਲਕੁਲ। ਔਰ ਜੋ ਵਿਅਕਤੀ ਸਾਡੇ ਇੱਥੇ ਆ ਕੇ ਵੱਸ ਰਹੇ ਨੇ ਉਹ ਕਿਸ ਪ੍ਰਾਂਤ ਨੂੰ ਆ ਰਹੇ ਨੇ ਉਹ ਸਿੱਖੀ ਸਰੂਪ ਵਿੱਚ ਨੇ। ਕਈ ਐਸੇ ਪੁਰਾਣੀ ਮਿਲਦੇ ਲੁਧਿਆਣੇ ਜਾਓ ਤੁਸੀਂ ਦੇਖੋ ਉੱਥੇ ਉਹਨਾਂ ਦੀ ਮੁੱਖ ਖੋਲ੍ਹਣ ਤੋਂ ਪਤਾ ਲੱਗਦਾ ਕਿ ਇਹ ਸਾਡਾ ਬਾਅਦ 'ਚ ਬਣਿਆ ਸਿੱਖ ਹੈ। ਜੋ ਸਾਡੀ ਜੜ੍ਹ ਹੈ, ਜੜ੍ਹ ਸਾਡੀ ਹਿੰਦੁਸਤਾਨ ਦੀ ਧਰਤੀ ਛੱਡ ਕੇ ਜਾ ਰਹੀ ਹੈ, ਉਸਨੂੰ ਰੋਕਣ ਵਾਸਤੇ ਸਾਡੇ ਕੋਲ ਕੋਈ ਸਾਧਨ ਨਹੀਂ ਹੈ, ਕਿਸੇ ਨੂੰ ਕੋਈ ਚਿੰਤਾ ਨਹੀਂ ਹੈ ਕੋਈ ਜਾ ਰਿਹਾ। ਇਨਫੈਕਟ ਖੁਸ਼ੀ ਖੁਸ਼ੀ ਅਸੀਂ ਆਪਣੇ ਬੱਚਿਆਂ ਨੂੰ ਭੇਜ ਰਹੇ ਹਾਂ। ਸਾਡੀਆਂ ਗੁਰੂ ਘਰ ਦੀਆਂ ਅਰਦਾਸਾਂ ਵੀ ਇਸ ਗੱਲ 'ਤੇ ਆ ਗਈਆਂ ਨੇ ਕਿ ਸਾਡੀ ਜੀ ਵੀਜ਼ਾ ਲੱਗ ਜਾਏ ਜਾਂ ਮੇਰਾ ਮੇਰੇ ਬੱਚੇ ਉਹ ਆਇਲਸ ਜਿਹੜੇ ਆ ਉਹ ਟੈਸਟ ਹੈਗੇ ਉਹ ਕਲੀਅਰ ਕਰ ਜਾਂ ਤਾਂ ਕਿ ਮੈਂ ਹਿੰਦੁਸਤਾਨ ਦੀ ਧਰਤੀ ਨੂੰ ਤਿਲਾਂਜਲੀ ਦੇ ਜਾਂ। ਬਿਲਕੁਲ, ਕਿਉਂਕਿ ਮਾਹੌਲ ਇਹੋ ਜਿਹਾ ਬਣਾ ਦਿੱਤਾ ਗਿਆ ਸੀ, ਮਾਹੌਲ ਬਣ ਗਿਆ ਨਾ ਰਸਤਾ, ਔਰ ਉਸ ਮਾਹੌਲ ਨੂੰ ਦੂਰ ਕਰਨ ਵਾਸਤੇ ਸਾਡੀ ਲੀਡਰਸ਼ਿਪ ਦੀ ਫੇਲੀਅਰ ਹੈ। ਤੁਸੀਂ ਉਹਨੇ ਗੱਲ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਰਜਿਸਟਰਡ ਕਰਵਾਉਣ ਜਾ ਰਹੇ ਹੋ ਗੁਰਮਤਿ ਪ੍ਰਚਾਰ ਸਾਹਿਬ, ਰਜਿਸਟਰ ਕਰਾਵਾਂਗੇ ਨਹੀਂ ਸੀ ਪਹਿਲੇ, ਆ ਹੁਣ ਪੁਰਬ ਬਣਾਵਾਂਗੇ ਨਾ। ਜੀ ਜੀ, ਪੁਰਬ ਬਣਾਉਣ ਤੋਂ ਬਾਅਦ ਇਸ ਪੁਰਬ ਵਿੱਚ ਅਸੀਂ ਯਤਨ ਕਰਾਂਗੇ ਕਿ ਉਹਨਾਂ ਵਿਅਕਤੀਆਂ ਨੂੰ ਅਸੀਂ ਇੱਕ ਸਟੇਜ 'ਤੇ ਲਿਆਈਏ, ਇੱਕ ਮੰਚ 'ਤੇ ਲਿਆਈਏ। ਠੀਕ ਹੈ। ਔਰ ਉਹ ਸਟੇਜ ਅਸੀਂ ਯਤਨ ਕਰ ਰਹੇ ਹਾਂ ਕਿ ਅਸੀਂ ਉਹ ਸਟੇਜ ਬਣਾਈਏ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ। ਠੀਕ ਹੈ। ਕਿਉਂਕਿ ਜਦ ਇਹ ਲਾਂਘਾ ਖੁੱਲ੍ਹਣਾ ਹੈ ਉੱਥੇ 40-50 ਹਜ਼ਾਰ ਸ਼ਰਧਾਲੂਆਂ ਲਈ ਟੈਂਟ ਸਿਟੀ ਬਣੀ ਹੈ। ਬਿਲਕੁਲ। ਅਤੇ ਉਹਦੇ ਨਾਲ ਹੀ ਵੱਡਾ ਇੱਕ ਸਟੇਜ ਬਣਦਾ। ਹਾਂਜੀ। ਔਰ ਪ੍ਰਯੋਜਨ ਇਹ ਹੈ ਸਰਕਾਰ ਦਾ ਕਿ 9 ਵਜੇ 9 ਤਰੀਕ ਨੂੰ ਅਰਲੀ ਮਾਰਨਿੰਗ ਆਪਣੇ ਪ੍ਰਾਈਮ ਮਿਨਿਸਟਰ ਨੇ ਆ ਕੇ ਅਤੇ ਉਸ ਲਾਂਘਾ ਖੋਲ੍ਹਣਾ, ਖੋਲ੍ਹ ਦੇਣਾ, ਖੋਲ੍ਹ ਕੇ ਉਹਨੇ ਅੱਧੇ ਘੰਟੇ ਦਾ ਇੱਕ ਪ੍ਰੋਗਰਾਮ, ਉਸ ਤੋਂ ਬਾਅਦ ਚਲੇ ਜਾਣਾ। ਅਤੇ ਅਸੀਂ ਰਿਕੁਐਸਟ ਕੀਤਾ ਹੈ ਉੱਥੇ ਦੇ ਜੋ ਸਾਡੇ ਮਾਨਯੋਗ ਮੰਤਰੀ ਨੇ ਸੁਖਜਿੰਦਰ ਰੰਧਾਵਾ ਜੀ, ਕਿਉਂਕਿ ਸਰਕਾਰ ਹੈ ਚਾਹੇ ਕਾਂਗਰਸ ਚਾਹੇ ਅਕਾਲੀ ਹੁੰਦੇ ਤਾਂ ਅੱਜ ਅਕਾਲੀਆਂ ਦੀ ਸਟੇਜ ਨਹੀਂ, ਇੱਕ ਸਰਕਾਰ ਸਾਰਿਆਂ ਦੀ ਸਾਂਝੀ ਸਰਕਾਰ ਬਣ ਜਾਂਦੀ ਹੈ। ਤਾਂ ਜੋ ਉਹ ਸਟੇਜ ਹੈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਦ ਇਹ ਸਟੇਜ ਚਲੇ ਜਾਏ ਇਹਨੂੰ ਡਿਸਮੈਂਟਲ ਕਰਨ ਦੀ ਬਜਾਏ ਇਹ ਸਾਨੂੰ ਧਰਮ ਦੀ ਧੋਜਾ ਤੁਖਾਉਣ ਵਾਸਤੇ ਇਹ ਸਟੇਜ ਸਾਨੂੰ ਸੌਂਪਦੀ ਜਾਏ। ਜੀ। ਜਿਸ ਸਟੇਜ 'ਤੇ ਅਸੀਂ ਸਮਸਤ ਇੱਕ ਪ੍ਰੋਗਰਾਮ ਉਡੀਕੇ ਨੇ ਅਸੀਂ ਪੂਰੇ ਕਿ ਉਹਦੇ ਵਿੱਚ ਅਸੀਂ 3 ਜਾਂ 4 9 ਤਰੀਕ ਤੋਂ ਲੈ ਕੇ 11 ਤਰੀਕ ਤੱਕ ਸਮਾਗਮ ਦਾ ਆਯੋਜਨ ਕੀਤਾ ਜਾਏ। ਜੇ ਕਿਸੇ ਦੇ ਮਨ 'ਚ ਹੋਏ ਕਿ 12 ਤਰੀਕ ਨੂੰ ਗੁਰਪੁਰਬ ਦਾ ਵੀ ਉੱਥੇ ਕੋਈ ਕਾਲਜ ਕਰਨੇ ਨੇ ਅਸੀਂ ਉੱਥੇ ਚਲਾ ਲਈਏ, ਜਿਹਨੇ ਸੁਲਤਾਨਪੁਰ ਜਾ ਕੇ ਮੱਥਾ ਟੇਕਣਾ ਗੁਰਪੁਰਬ ਦਾ ਉੱਥੇ ਜਾ ਸਕਦਾ। ਪਰ ਜੇ ਅਸੀਂ ਨਵੇਕਲੀ ਜੇ ਸੋਚ ਉਸ ਧਰਤੀ 'ਚੋਂ ਜਿੱਥੋਂ ਗੁਰੂ ਨਾਨਕ ਨੇ ਸਿੱਖੀ ਨੂੰ ਇੱਕ ਰਾਹ ਦਿਖਾਈ ਹੈ, ਬਿਲਕੁਲ, ਜਿੱਥੇ ਬਾਬੇ ਦਾ ਸਾਰਾ ਪਰਿਵਾਰ ਬੈਠਾ ਹੈ, ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਚੰਦ ਜੀ ਦਾ ਜਨਮ ਵੀ ਉਸ ਧਰਤੀ 'ਤੇ ਹੈ ਔਰ ਬਾਬੇ ਦਾ ਵੀ ਰਹਿਣਾ ਔਰ ਕਿਰਤ ਦਾ ਕਾਰਾ ਵੀ ਉੱਥੇ ਆਰੰਭ ਕਰਨਾ, ਸਾਰੀ ਖੇਡ ਸਾਡੇ ਇਤਿਹਾਸਕ ਖੇਡਾਂ ਸਾਡੇ ਅੱਗੇ ਨੇ, ਅਤੇ ਉਸ ਧਰਤੀ ਤੋਂ ਅਸੀਂ ਜੇ ਕਿਤੇ ਗੁਰੂ ਨਾਨਕ ਦੀ ਸੱਚੀ ਸੁੱਚੀ ਸੋਚ ਅਸੀਂ ਦੁਨੀਆ ਦੇ ਅੱਗੇ ਲਿਆ ਸਕੀਏ ਤਾਂ ਮੈਂ ਸਮਝਦਾ ਸਾਡਾ ਇਹ 550 ਸਾਲਾਂ ਬਣਾਇਆ ਸਾਰਥਕ ਹੋ ਸਕਦਾ ਹੈ, ਵਰਨਾ ਪਿਛਲੀਆਂ ਸ਼ਤਾਬਦੀਆਂ ਮੰਗ ਇਹ ਵੀ ਨਿਕਲ ਜਾਏਗਾ। ਅਸੀਂ ਇਹ ਆਸ ਲੈ ਕੇ ਉਸ ਵਿੱਚ ਯਤਨ ਕਰ ਰਹੇ ਹਾਂ ਕਿ ਹੋ ਸਕੇ ਤਾਂ ਸਾਡੀ ਉਸ ਸ਼ਤਾਬਦੀ ਵੀ ਸਾਨੂੰ ਕੋਈ ਪਿੱਠ ਸਾਡੀ ਟੋਕੇ ਕਿ ਵੀ ਇਹ ਵੀ ਜੀਵਤ ਇਹਨਾਂ ਨੇ ਕੋਈ ਸਾਰਥਕ ਕਾਰਜ ਕੀਤਾ ਗੁਰੂ ਨਾਨਕ ਦੀ ਸੋਚ ਨੂੰ। ਔਰ ਇਹ ਲੰਬੀ ਲੜਾਈ ਹੈ ਪਰ ਅੱਜ ਦੇ ਹਾਲਾਤ ਜੋ ਬਣਦੇ ਪਏ ਨੇ ਅਸੀਂ ਇਹਦੇ ਵਿੱਚ ਕਾਮਯਾਬ ਹੁੰਦੇ ਨੇ, ਅਰਦਾਸ ਹੈ ਮਾਲਕ ਦੀ। ਪਰ ਅੰਦਰ ਦੀ ਇਹ ਮੰਨਣਾ ਹੈ ਕਿ 550 ਸਾਲ ਕਿਸੇ ਦੀ ਸੋਚ ਨਹੀਂ, ਬਾਪੂ ਨੇ ਆਪ ਦਿੱਤੀ ਹੈ ਸਾਨੂੰ ਕਿ ਸਿੱਖੋ ਸਮਝ ਜਾਓ। ਅੱਜ ਤੱਕ ਤੁਹਾਨੂੰ ਮੌਕਾ ਦਿੱਤਾ ਸੀ ਸਵਰਨ ਨੂੰ ਅਤੇ ਉਹਨੇ ਆਪਣੇ ਮੂਹਰੇ ਪੈਦਾ ਕਰਨੇ ਨੇ ਜੀ, ਔਰ ਜੇ ਅਧਿਆਤਮਿਕ ਤੌਰ 'ਤੇ ਦੇਖੀਏ ਆਪਣੇ ਮੂਹਰੇ ਪੈਦਾ ਕਰੇਗਾ, ਕਿਉਂਕਿ ਧਰਮ ਜਾਣ ਵਾਲਾ ਨਹੀਂ ਹੈ, ਕਈ ਆਏ ਕਈ ਚਲੇ ਗਏ, ਸਦੀਆਂ ਇੱਕ ਵੀਲ ਹੈ ਚੱਲਦਾ ਉੱਪਰ ਥੱਲੇ ਚੱਲਦਾ ਹੈ ਜੀ। ਸੋ ਬਾਬਾ ਜੀ ਆਪਾਂ ਹੁਣ ਇਤਿਹਾਸਿਕ ਪੱਖ ਤੋਂ ਗੱਲ ਕਰ ਲਈਏ, ਗੁਰੂ ਸਾਹਿਬ ਦੀ ਕੁੱਲ ਦੇ ਵਿੱਚ ਤੁਸੀਂ ਹੈਗੇ ਹੋ, ਡੇਰਾ ਬਾਬਾ ਨਾਨਕ ਜਾਂਦੇ ਹਾਂ ਤਾਂ ਉੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਬੇਦੀ ਕੁੱਲ ਦੇ ਵਿੱਚੋਂ ਲੋਕ ਮਿਲਦੇ ਨੇ ਉਹ ਵੀ ਕਹਿੰਦੇ ਨੇ ਕਿ ਅਸੀਂ ਬਾਬੇ ਨਾਨਕ ਦੀ ਕੁੱਲ ਦੇ ਵਿੱਚੋਂ। ਇਹ ਸਾਰਾ ਜਦੋਂ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੋਂ ਪਿਆਨਾ ਕੀਤਾ ਮਹਾਰਾਜ ਨੇ, ਉਸ ਵੇਲੇ 2000 ਤੋਂ ਵੱਧ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਵੱਸਦੇ ਸਨ ਉਹਨਾਂ ਇਲਾਕਿਆਂ ਵਿੱਚ।
ਔਰ ਸਿੱਖੀ ਵਿੱਚ ਜੋ ਦਸਮ ਪਾਤਸ਼ਾਹ ਦੀ ਸਿੱਖੀ ਦਸਵੇਂ ਰੂਪ ਵਿੱਚ ਗੁਰੂ ਨਾਨਕ ਨੇ ਬਖਸ਼ੀ ਨਾ ਉਹਦੇ ਕੋਈ ਉਹਦੀ ਅਗਵਾਈ ਕਰਨ ਵਾਲੀਆਂ ਕੋਈ ਐਸੀਆਂ ਸ਼ਖਸੀਅਤਾਂ ਨਹੀਂ ਸਨ। ਕੋਈ ਉਦਾਤਮਕ ਤੌਰ 'ਤੇ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਅਵਦੂਤ ਕਈ ਕਈ ਗ੍ਰਿਸ਼ਤੀ ਬਣ ਕੇ ਉਸ ਮਤ ਵਿੱਚ ਚਲੇ ਗਏ। ਉਹਨਾਂ ਵਿੱਚੋਂ ਬਾਬਾ ਕਲਾਧਾਰੀ ਜੀ ਮਹਾਰਾਜ ਜੋ ਸਾਡੇ ਪੂਰਵ ਸਨ, ਪਹਿਲਾਂ ਬੇਦੀ ਸਾਹਿਬਜ਼ਾਦਾ, ਉਹਨਾਂ ਨੂੰ ਡੇਰਾ ਬਾਬਾ ਨਾਨਕ ਜਿੱਥੇ ਆਪ ਬੈਠੇ ਹੋ, ਉਹਨਾਂ ਨੂੰ ਬਾਬਾ ਜੀ ਨੇ ਡੇਰਾ ਬਾਬਾ ਨਾਨਕ ਤੋਂ ਬੁਲਾਇਆ, ਬੁਲਾਵਾ ਭੇਜਿਆ ਕਿ ਆ ਕੇ ਮੇਰੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਕੇ ਮੈਨੂੰ, ਮੈਂ ਜੋ ਖਾਲਸੇ ਦੀ ਸਿਰਜਣਾ ਕਰਨ ਜਾ ਰਿਹਾ ਇਸ ਵਿੱਚ ਮੈਨੂੰ ਸਹਿਯੋਗ ਬਖਸ਼ੋ। ਤਾਂ ਮਹਾਰਾਜ ਨੇ ਫਿਰ ਜਦੋਂ ਇਸ ਧਰਤੀ 'ਤੇ ਆਏ, ਮਨ ਦੀ ਭਾਵਨਾ ਸੀ ਅਤੇ ਦਸਮ ਪਾਤਸ਼ਾਹ ਦੇ ਫਿਰ ਜਦੋਂ ਇਸ ਧਰਤੀ 'ਤੇ ਆਏ, ਜੰਗਲ ਦੀ ਅਮਾਨ ਸੀ, ਉਹਨਾਂ ਟਿੱਬਾ ਕਰਕੇ ਜਾਣਿਆ ਗਿਆ ਇਤਿਹਾਸ ਵਿੱਚ, ਅਤੇ ਜੰਗਲ ਵਿੱਚ ਆ ਕੇ ਮਨ ਦੇ ਵਿੱਚ ਇੱਕ ਸੋਚ ਸੀ, ਵਿਚਾਰ ਸੀ ਕਿ ਮੈਂ ਦਸਵੇਂ ਗੁਰੂ ਨਾਨਕ ਦੇ ਦਰ ਜਾ ਰਿਹਾ। ਗਰੀਬੀ ਦੀ ਖੇਡ ਸੀ ਕਿ ਮੈਂ ਉਸ ਧਰਤੀ 'ਤੇ ਗਿਆ ਤਾਂ ਮੇਰੇ ਸਤਿਗੁਰੂ ਦੇ ਦਰਬਾਰ ਵਿੱਚ ਕਿਤੇ ਉਸਦੇ ਖੂਨ ਦੇ ਹੋਣ ਦੇ ਸਦਕੇ ਕਿਸੇ ਨੇ ਮੇਰਾ ਸਤਿਕਾਰ ਕਰਤਾ, ਮੇਰੀ ਚਰਨ ਛੋਹ ਕਰ, ਮੇਰੇ ਬਾਪੂ ਦੀ ਤੋਹੀਨ ਹੈ। ਅਤੇ ਉਹਨਾਂ ਦੇ ਮਨ ਦੀ ਭਾਵਨਾ ਸੀ ਕਿ ਮੈਂ ਇਸ ਜੰਗਲ 'ਚ ਰਹਿ ਕੇ ਜਪ ਤਪ ਕਰਾਂ, ਚਿੱਠੀ ਭੇਜੀ ਦਸਮ ਪਾਤਸ਼ਾਹ ਦੇ ਦਰਬਾਰ 'ਚ ਕਿ ਮਹਾਰਾਜ ਕਿਰਪਾ ਆਪ ਦਾ ਹੁਕਮ ਹੋਵੇ ਤਾਂ ਮੈਂ ਇਸ ਜੰਗਲ ਵਿੱਚ ਜਪ ਤਪ ਦਾ ਆਪਣਾ ਸਮਾਂ ਬਤੀਤ ਕਰਾਂ, ਪਰ ਜਦ ਵੀ ਆਪਦੇ ਅੰਦਰ ਅੰਤਰ ਆਤਮਾ ਦੀ ਆਵਾਜ਼ ਮਾਰੋ ਤਾਂ ਮੈਂ ਆਪਦੇ ਦਰਬਾਰ 'ਚ ਹਾਜ਼ਰ ਹੋਵਾਂਗਾ। ਸਤਿਗੁਰ ਕੱਟ ਕੱਟ ਕੇ ਅੰਤਰ ਕੇ ਜਾਣਕ ਬਾਬਾ ਜੀ ਦੀ ਅੰਦਰਲੀ ਭਾਵਨਾ ਸਮਝ ਗਏ ਅਤੇ ਇਤਿਹਾਸ ਵਿੱਚ ਸਾਕਸ਼ੀ ਹੈ ਕਿ ਦਸਮ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਚੱਲਣਾ ਅਤੇ ਬਾਬਾ ਕਲਾਧਾਰੀ ਜੀ ਮਹਾਰਾਜ ਜਦ ਵੀ ਯਾਦ ਕਰਨਾ, ਅਤੇ ਦੋਵਾਂ ਦਾ ਜੋ ਸੁਮੇਲ ਅਸਥਾਨ ਹੈ, ਇੱਕ ਪਲਾਹ ਦਾ ਜੰਗਲ ਸੀ ਗੁਰਪਲਾਹ ਕਰਕੇ ਹੁਣ ਜਾਣਿਆ ਜਾਂਦਾ ਹੈ, ਜਿਸ ਦਸਮ ਪਾਤਸ਼ਾਹ ਦੋਵਾਂ ਸ਼ਖਸੀਅਤਾਂ ਦੀ ਆਪਸੀ ਸੁਮੇਲ ਹੋਇਆ, ਲੰਬਾ ਇਤਿਹਾਸ ਹੈ, ਉਸ ਵਿੱਚ ਬੈਠ ਕੇ ਬੇਅੰਤ ਅਧਿਆਤਮਿਕ ਖੇਡਾਂ ਵਰਤੀਆਂ ਔਰ ਉੱਥੇ ਹੀ ਇੱਕ ਵਰ ਪ੍ਰਾਪਤ ਹੋਇਆ ਸੀ ਪਿਆਰ ਵਿੱਚ ਭਿੱਜ ਕੇ ਕਿ ਮਹਾਰਾਜ ਕਿਰਪਾ ਕਰੋ, ਕਿਉਂਕਿ ਬੇਦੀ ਸਾਹਿਬਜ਼ਾਦਿਆਂ ਅਤੇ ਬੇਦੀ ਪਰ ਗੋਦ 'ਚੋਂ ਇਹ ਸਿੱਖੀ ਸੋੜੀਆਂ ਵਿੱਚ ਚਲੇਗੀ, ਮਹਾਰਾਜ ਕਿਰਪਾ ਕਰੋ ਇਸ ਬੰਤ ਨੂੰ ਮੁੜ ਕੇ ਫਿਰ ਨਵਾਜੋ। ਅਤੇ ਮਹਾਰਾਜ ਨੇ ਫਿਰ ਉੱਥੇ ਵਰ ਦਿੱਤਾ ਸੀ ਕਿ ਮਹਾਰਾਜ ਆਪ ਦੇ ਘਰ ਸਮਾਂ ਆਏਗਾ, ਇੱਕ ਐਸਾ ਪ੍ਰਤਾਪੀ ਯੋਧਾ ਪੈਦਾ ਹੋਵੇਗਾ ਜੋ ਆਪਕਾ ਪੋਤਾ, ਜੋ ਮੇਰਾ ਅਧੂਰੇ ਖਾਲਸਾਈ ਕਾਰਜ ਦੇ ਕਾਰਜ ਹੋਣਗੇ ਉਹ ਸੰਪੂਰਨ ਉਸ ਰੂਪ ਵਿੱਚ ਸੰਪੂਰਨ ਹੋਣਗੇ। ਤੋ ਇਤਿਹਾਸ ਸਾਕਸ਼ੀ ਹੈ ਕਿ ਬਾਬਾ ਦਇਆ ਸਿੰਘ ਤੋਂ ਬਾਅਦ ਜੋ ਪੰਜਾਂ ਪਿਆਰਿਆਂ ਦੇ ਮੁਖੀ ਸਨ, ਉਹਨਾਂ ਤੋਂ ਹੁਤੀ ਮਰਦਾਨ ਸੰਪਰਦਾ ਹੋਂਦ ਵਿੱਚ ਆਈ, ਉਸ ਸੰਪਰਦਾ ਦੇ ਵੱਖਰੇ ਮਹਾਂਪੁਰਸ਼ ਆਏ, ਉਸੀ ਸੰਪਰਦਾ 'ਚ ਬਾਬਾ ਸਾਹਿਬ ਸਿੰਘ ਦਾ ਵੀ ਨਾਮ ਹੈ, ਜਿਸ ਵਿੱਚ ਬਾਬਾ ਈਸ਼ਵਰ ਸਿੰਘ ਮਹਾਰਾਜ, ਬਾਬਾ ਆਪਣੇ ਬਾਬਾ ਖੁਦਾ ਸਿੰਘ, ਬਾਬਾ ਵੀਰ ਸਿੰਘ ਔਰੰਗਾਬਾਦੀ, ਉਹ ਸਾਰੇ ਇਸ ਧਰਤੀ ਤੋਂ ਆਏ, ਇਸ ਧਰਤੀ 'ਤੇ ਬਾਬਾ ਜੀ ਦੀ ਅਰਦਲ 'ਚ ਰਹਿ ਕੇ ਜੀਵਨ ਬਤੀਤ ਕੀਤੇ, ਬ੍ਰਹਮ ਦੀਆਂ ਅਵਸਥਾਵਾਂ ਪ੍ਰਾਪਤ ਕੀਤੀਆਂ, ਲੰਬੀਆਂ ਖੇਡਾਂ ਨੇ। ਤੋ ਉਸ ਸਮੇਂ 'ਤੇ ਫਿਰ ਬਾਬਾ ਜੀ ਦਾ ਜਨਮ ਹੋਇਆ, ਬਾਬਾ ਸਾਹਿਬ ਸਿੰਘ ਮਹਾਰਾਜ ਦਾ ਆਉਣਾ ਹੋਇਆ ਬਾਬਾ ਜੀ ਦੇ ਵਰ ਦੇ ਨਾਲ, ਅਤੇ 1801 ਜਦੋਂ ਭਾਈ ਮਹਾਂ ਸਿੰਘ ਜੋ ਉਦੋਂ ਕੌਮ ਮਿਸਲਾਂ ਵਿੱਚ ਵਟੀ ਹੋਈ ਸੀ, ਆਪਸੀ ਭਰਾ ਮਾਰੂ ਜੰਗ ਜਿਵੇਂ ਅੱਜ ਹੈ ਉਦੋਂ ਵੀ ਪ੍ਰਬਲ ਸੀ, ਅਤੇ ਉਸ ਸਮੇਂ 'ਤੇ 12 ਮਿਸਲਾਂ 'ਚ ਵਟੀ ਹੋਈ ਕੌਮ ਨੂੰ ਇਕੱਤਰਿਤ ਕਰਨ ਦੀ ਕਿਸੇ ਵਿੱਚ ਕੋਈ ਸ਼ਕਤੀ ਨਹੀਂ ਸੀ। ਅਤੇ ਬਾਬਾ ਸਾਹਿਬ ਸਿੰਘ ਮਹਾਰਾਜ ਨੇ ਉਸ ਸਮੇਂ 'ਤੇ ਸਿੱਖ ਗੁਰਸਿੱਖਾਂ ਨੇ ਬੇਨਤੀ ਕੀਤੀ, ਜਦੋਂ ਭਾਈ ਰਣਜੀਤ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਨੇ ਦੇ ਪਤਾ ਲੱਗਿਆ ਕਿ ਅੱਜ ਭਾਈ ਮਹਾਂ ਸਿੰਘ ਦੇ ਦੁਸ਼ਹਿਰੇ 'ਤੇ ਤੇਰੇ ਪੁੱਤਰ ਨੂੰ ਕਤਲ ਕਰ ਦਿੱਤਾ ਜਾਣਾ ਅਤੇ ਇਸ ਨੂੰ ਜੇ ਬਚਾਉਣਾ ਹੈ ਤੂੰ ਬਚਾ ਲੈ। ਤਾਂ ਸਿਆਣੇ ਨੇ ਕਿਹਾ ਵੀ ਅੱਜ ਦੀ ਸਮੇਂ 'ਤੇ ਇੱਕ ਸ਼ਖਸੀਅਤ ਹੈ ਜੋ ਗੁਰੂ ਨਾਨਕ ਦੇ ਘਰ ਦੀ 11ਵੀਂ ਪੀੜ੍ਹੀ ਸੀ ਬਾਬਾ ਜੀ ਬਾਬਾ ਸਾਹਿਬ ਸਿੰਘ ਮਹਾਰਾਜ, ਠੀਕ ਹੈ, ਅਤੇ ਉਹਨਾਂ ਦੇ ਦਰਬਾਰ ਜਾ ਬੇਨਤੀ ਕਰ ਕੇ ਦੁਸ਼ਹਿਰੇ 'ਤੇ ਆਉਣ, ਤਾਂ ਇਹ ਜੋ ਰਸਮ ਦਸਤਾਰ ਦੀ ਹੈ ਉਹ ਇੱਥੇ ਪਰਿਵਾਰਕ ਜੋ ਦਸਤਾਰ ਦੀ ਰਸਮ ਅਦਾ ਕਰਨ, ਤਾਂ ਜੋ ਇਹ ਤੇਰੇ ਅੰਦਰ ਇੱਕ ਡਰ ਪੈ ਹੈ
ਉਹ ਬਾਬਾ ਜੀ ਦੂਰ ਕਰ ਸਕਦੇ ਨੇ। ਅਤੇ ਉਸ ਸਮੇਂ 'ਤੇ ਫਿਰ ਬਾਬਾ ਜੀ ਦਾ ਇਤਿਹਾਸ ਸ਼ੱਕ ਸੀ। ਬਾਬਾ ਜੀ ਗਏ ਸਿੱਖ ਸਰਦਾਰਾਂ ਨੂੰ, ਬਾਬਾ ਜੀ ਦੇ ਜਲਾਲ, ਬਾਬਾ ਜੀ ਦੀ ਜੋ ਖੇਡ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੀ ਖੇਡ ਹੋਵੇਗੀ ਜੀ, ਅਤੇ ਉਸ ਅੱਗੇ ਉਹ ਖੜ ਨਹੀਂ ਸਕੇ, ਤਲਵਾਰਾਂ ਧਰੀਆਂ ਰਹਿ ਗਈਆਂ। ਅਤੇ ਉੱਥੇ ਬਾਬਾ ਜੀ ਨੇ ਫਿਰ ਬਚਨ ਕੀਤਾ ਕਿ ਗੁਰੂ ਖਾਲਸਾ ਜੀ, ਜੋ ਤੁਸੀਂ ਸੋਚ ਕੇ ਆਏ ਹੋ ਉਹ ਸੰਪੂਰਨ ਨਹੀਂ ਹੋ ਸਕਦਾ, ਪਰ ਜੇ ਤੁਸੀਂ ਇੱਕ ਦੀ ਕੜੀ ਵਿੱਚ ਪਰੋਏ ਜਾਂਦੇ ਹੋ ਜੀ ਜੀ, ਤਾਂ ਤੁਹਾਡਾ ਕੁਛ ਆਉਣ ਵਾਲਾ ਕੱਲ੍ਹ ਬਣ ਸਕਦਾ, ਨਹੀਂ ਤਾਂ ਭਰਾ ਮਾਰੂ ਜੰਗ ਸਿੱਖਣਾ ਅਤੇ ਮਿਟ ਜਾਵਾਂਗੇ ਜੀ। ਅਤੇ ਉਸ ਸਮੇਂ 'ਤੇ ਸਿੱਖ ਸਰਦਾਰਾਂ ਨੇ ਆਪਣੇ ਤਲਵਾਰਾਂ ਰੱਖਤੀਆਂ, ਬਾਬਾ ਜੀ ਨੇ ਉਹਨਾਂ ਦੇ ਗਲਾਂ ਦੇ ਕੈਂਠੇ ਲਵਾਏ ਜੀ, ਕੈਂਠੇ ਲਵਾ ਕੇ ਬੇਨਤੀ ਕੀਤੀ ਕਿ ਭਾਈ ਸੁਨਿਆਰਾ ਬੁਲਾਇਆ ਕਿ ਕੈਂਠਾ ਬਣਾ ਕੇ ਲਿਆ, ਉਹ ਬੁਲਾ ਕੇ ਉਹਦੇ ਮਹਾਰਾਜ ਰਣਜੀਤ ਸਿੰਘ ਦੇ ਗਲ 'ਚ ਪਾ ਕੇ ਸਿੰਘਾਂ ਨੂੰ ਕਿਹਾ ਕਿ ਭਾਈ ਗੁਰਮੁਖੋ ਸਮਾਂ ਪਾ ਕੇ ਇੱਕ ਦਿਨ ਕੌਮ ਦੀ ਅਗਵਾਈ ਕਰੇਗਾ। ਸਾਰੇ ਗਹਿਣੇ ਭੰਨ ਕੇ ਇੱਕ ਹੰਸ ਘੜਾਇਆ, ਇਹ ਸਾਡੇ ਪੁਰਾਤਨ ਗ੍ਰੰਥਾਂ 'ਚ ਲਿਖਿਆ। ਤਾਂ ਉਹ ਹੰਸ ਵਿੱਚ ਜੋ ਘੜਿਆ ਗਿਆ, ਜਦ ਤੱਕ ਬਾਬਾ ਜੀ ਦੀ ਅਰਦਲ 'ਚ ਰਿਹਾ, ਬਾਬਾ ਜੀ ਦੀ ਔਰ ਬਾਬਾ ਜੀ ਸਿੱਖੀ ਦੀ ਵਿਵੇਕ ਸ਼ਕਤੀ ਬਣ ਕੇ ਇਸ ਸੰਸਾਰ 'ਤੇ ਮੰਡਰਾਏ ਔਰ ਬਾਬਾ ਜੀ ਦੇ ਧਾਰਮਿਕ ਅਗਵਾਈ ਦੇ ਅਧੀਨ ਚੱਲਿਆ, ਅਤੇ ਦਰੇ ਖੈਬਰ ਤੋਂ ਲੈ ਕੇ ਦਿੱਲੀ ਦੀਆਂ ਹੱਦਾਂ ਲੰਘਦਾ ਹੋਇਆ ਖਾਲਸਾ ਹੀ ਪਰਚਮ ਲਹਿਰਾਇਆ। ਪਰ ਉਹ ਵੀ ਸਮਾਂ ਆਇਆ ਜਦ ਜੋ ਅੱਜ ਬੀਤ ਰਿਹਾ, ਆਪਸੀ ਪ੍ਰਾਮਾਂ ਨੂੰ ਜੰਗ ਫਿਰ ਸ਼ੁਰੂ ਹੋ ਗਏ, ਲੜਾਈਆਂ ਫਿਰ ਪੈ ਗਈਆਂ। ਸੋ ਬਾਬਾ ਜੀ, ਇਸ ਸਥਾਨ 'ਤੇ ਬਾਬਾ ਸਾਹਿਬ ਸਿੰਘ ਕਲਾਧਾਰੀ ਨਾਲ ਸੰਬੰਧਿਤ ਹੈ, ਇੱਥੇ ਦਸ਼ਮੇਸ਼ ਪਿਤਾ ਕਦੇ ਪਧਾਰੇ ਇਸ ਸਥਾਨ ਦੇ ਉੱਤੇ? ਇੱਥੇ ਨਹੀਂ ਆਏ, ਗੁਰਪਲਾ ਸਥਾਨ 'ਤੇ ਆਏ। ਅੱਛਾ, ਗੁਰਪਲਾ ਸਥਾਨ 'ਤੇ ਆਏ। ਪਰ ਬਾਬਾ ਕਲਾਧਾਰੀ ਜੀ ਮਹਾਰਾਜ ਉੱਥੋਂ ਇਹ ਸੋਚਣਾ ਹੈ ਕਿ ਬਾਬਾ ਜੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੀ ਲੰਘੇ ਨੇ, ਅਤੇ ਛੋਟਾ ਜਿਹਾ ਨਿਸ਼ਾਨ ਸਾਹਿਬ ਲੱਗਿਆ ਪੈਟਰੋਲ ਪੰਪ 'ਤੇ, ਉਹਨਾਂ ਤੋਂ ਲੰਘਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਤੀਰ ਦੇ ਨਾਲ ਨਮਸਕਾਰ ਕੀਤੀ ਇਸ ਪਹਾੜੀ ਨੂੰ। ਅਤੇ ਸਿੱਖ ਸੰਗਤਾਂ ਨੇ ਕਿਹਾ ਕਿ ਮਹਾਰਾਜ ਸਾਨੂੰ ਤਾਂ ਤੁਸੀਂ ਵਰਜਦੇ ਹੋ ਕਿ ਸਮਾਧਾ ਇਹਨਾਂ ਪੱਥਰਾਂ ਨੂੰ ਨਮਸਕਾਰਾਂ ਨਹੀਂ ਕਰਨੀਆਂ, ਅਤੇ ਤੁਸੀਂ ਅੱਜ ਇਸ ਪਹਾੜ ਨੂੰ ਨਮਸਕਾਰ ਕੀਤਾ। ਅਤੇ ਮਹਾਰਾਜ ਕਹਿਣ ਲੱਗੇ ਕਿ ਭਾਈ ਮੈਂ ਨਮਸਕਾਰ ਪਹਾੜ ਨੂੰ ਨਹੀਂ ਕੀਤਾ, ਮੈਂ ਉਸ ਸ਼ਖਸੀਅਤ ਨੂੰ ਕੀਤਾ ਜਿਹਨੇ ਇੱਥੇ ਆ ਕੇ ਇੱਕ ਦਿਨ ਖਾਲਸਾਈ ਸੋਚ ਨੂੰ ਸੰਸਾਰ 'ਤੇ ਉਜਾਗਰ ਕਰਨਾ ਹੈ। ਸੋ ਉਸ ਤੋਂ ਬਾਅਦ ਬਾਬਾ ਜੀ 11ਵੀਂ ਕੁੱਲ ਦੇ ਵਿੱਚ ਸੀਗੇ ਬਾਬਾ ਸਾਹਿਬ ਸਿੰਘ, ਤੁਸੀਂ 17ਵੀਂ ਪੀੜ੍ਹੀ ਦੇ ਵਿੱਚ, ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਹੀ ਪਰਿਵਾਰ ਰਹਿੰਦੇ ਰਹੇ ਨੇ? ਇੱਥੇ ਪਰਿਵਾਰ ਰਹੇ, ਫਿਰ ਬਾਬਾ ਸਾਹਿਬ ਸਿੰਘ ਮਹਾਰਾਜ ਦੇ ਪੋਤਰ ਹੋਏ ਬਾਬਾ ਬਿਕਰਮਾ ਸਿੰਘ ਜੀ। ਅੱਛਾ ਜੀ, ਜਿਨ੍ਹਾਂ ਨੇ ਅੰਗਰੇਜ਼ ਦੇ ਖਿਲਾਫ਼ ਬਗਾਵਤ ਕੀਤੀ, ਔਰ ਉਹ ਅੰਗਰੇਜ਼ ਦੀ ਨਜ਼ਰਬੰਦੀ ਭਾਈ ਮਹਾਰਾਜ ਸਿੰਘ ਨਾਲ ਹੋਈ, ਭਾਈ ਮਹਾਰਾਜ ਸਿੰਘ ਨੂੰ ਕਾਲੇ ਪਾਣੀ ਭੇਜਿਆ ਗਿਆ ਜੀ, ਬਾਬਾ ਕਲਾਧਾਰੀ ਜੀ ਬਾਬਾ ਬਿਕਰਮਾ ਸਿੰਘ ਮਹਾਰਾਜ ਨੂੰ ਨਜ਼ਰਬੰਦੀ ਸਜ਼ਾ ਸੁਣਾਉਣ ਲੱਗਾ। ਅੱਛਾ, ਇਤਿਹਾਸ 'ਚ ਆ ਰਿਹਾ ਕਿ ਜੱਜ ਦੇ ਅੱਖਾਂ ਦੇ ਅੱਗੇ ਹਨੇਰਾ ਆ ਗਿਆ। ਅੱਛਾ, ਉਹਨੇ ਕਿਹਾ ਵੀ ਮੈਂ ਬਾਬਾ ਤੇਰੇ ਪਿੱਛੇ ਕੋਈ ਅਗਮੀ ਸ਼ਕਤੀ ਹੈ, ਅਧਿਆਤਮਿਕ ਸ਼ਕਤੀ ਤੇਰੇ ਪਿੱਛੇ ਕੰਮ ਕਰ ਰਹੀ ਹੈ, ਪਰ ਅੰਗਰੇਜ਼ ਦਾ ਗੁਲਾਮ ਹੈ, ਸਜ਼ਾ ਮੈਂ ਤੈਨੂੰ ਦੇਣੀ ਹੈ, ਪਰ ਤੈਨੂੰ ਇੱਕ ਰਾਹਤ ਦਿੰਦਾ ਕਿ ਤੂੰ ਮੰਗ, ਤੈਨੂੰ ਮੈਂ ਨਜ਼ਰਬੰਦ ਰੱਖਣਾ ਕਿੱਥੇ ਰੱਖਾਂ? ਅਤੇ ਬਾਬਾ ਜੀ ਨੇ ਬੇਨਤੀ ਕੀਤੀ ਕਿ ਭਾਈ ਜੇ ਮੈਂ ਨਜ਼ਰਬੰਦ ਰੱਖਣਾ ਹੈ ਤਾਂ ਮੈਨੂੰ ਹਰਿਮੰਦਰ ਦੀ ਕਿਸੇ ਪਰਿਕਰਮਾ ਦੇ ਨਜ਼ਦੀਕ ਕਿਤੇ ਨਜ਼ਰਬੰਦ ਕਰ ਦੇ। ਅੱਛਾ, ਜਿੱਥੇ ਰਹਿ ਕੇ ਮੈਂ ਇੱਕ ਦੋ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਦੇ ਖਿੜਕੀ 'ਚ ਭਾਵੇਂ ਖੜੋ ਕੇ ਦਰਦਾਰੇ ਕਰ ਸਕਾਂ। ਠੀਕ ਹੈ। ਅਤੇ ਫਿਰ ਹੁਣ ਅੰਮ੍ਰਿਤਸਰ ਸਾਹਿਬ ਬਾਬਾ ਜੀ ਦਾ ਸਮਾਰਕ ਹੈ, ਬੜੀ ਖਸਤਾ ਹਾਲ 'ਚ ਹੈ, ਪੁਰਾਤਨ ਬਣੀ ਹੋਈ ਖੇਡ ਹੈ, ਅਤੇ ਉਸ ਜਿੱਥੇ ਉਹ ਬਣੀ ਹੈ ਉੱਥੋਂ ਕਦੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਨਾਲ ਲੰਘਦੀ ਹੋਵੇਗੀ, ਅਤੇ ਬਾਬਾ ਜੀ ਨੇ ਖਿੜਕੀ ਜਾ ਕੇ ਦਰਸ਼ਨ ਕਰਨੇ, ਅਤੇ ਸੰਗਤਾਂ ਬਾਰਕਤਤ ਹੋ ਜਾਣੀ ਆ। ਅਤੇ ਫਿਰ ਅੰਗਰੇਜ਼ ਨੇ ਦੇਖਿਆ ਜਿਸ ਸ਼ਖਸੀਅਤ ਨੂੰ ਜੇਲ੍ਹ ਦੇ ਅੰਦਰ ਸੰਗਤਾਂ ਯਾਦ ਕਰਦੀਆਂ ਨੇ, ਅਤੇ ਉਹ ਬਾਹਰ ਆਇਆ ਤਾਂ ਫਿਰ ਕਿਤੇ ਬਗਾਵਤ ਦਾ ਝੰਗਾਣਾ ਚੁੱਕੇ ਬਾਬਾ ਜੀ ਨੇ, ਫਿਰ 14 ਸਾਲ ਇੱਕ ਨੇੜ ਕੋਠੜੀ ਅਕਲ ਜਾ ਕੇ ਦੇਖੋ ਤੁਸੀਂ, ਜਿਹਦੇ ਵਿੱਚ ਬਾਬਾ ਜੀ ਨਜ਼ਰਬੰਦ ਕੀਤਾ। ਉੱਥੇ ਹੁਣ ਵੀ ਸਥਾਨ ਹੈ ਜੀ, ਸਥਾਨ ਹੈ। ਅੱਛਾ ਜੀ, ਬਣਿਆ ਬੜੇ ਸੁੰਦਰ ਢੰਗ ਨਾਲ, ਸਾਡੇ ਪ੍ਰਾਤਨ ਇਸੇ ਤਰ੍ਹਾਂ ਚਿੱਤਰਕਾਰੀ ਸਾਰੀ ਹੋਈ, ਛੋਟਾ ਜਿਹਾ ਸਥਾਨ ਹੈ। ਤੁਹਾਡੇ ਪਰਿਵਾਰ ਬਾਰੇ ਵੀ ਜ਼ਰੂਰ ਜਾਣਨਾ ਚਾਹੇਗੀ ਸੰਗਤ, ਅੱਗੇ ਤੁਹਾਡੇ ਬੱਚੇ ਕਿੰਨੇ ਨੇ, ਕੀ ਕਰਦੇ ਨੇ? ਦੋ ਬੇਟੇ ਨੇ ਜੀ, ਇੱਕ ਡਾਕਟਰ ਹੈ ਮੇਰਾ, ਅਤੇ ਇੱਕ ਬੇਟਾ ਮੇਰੀ ਖੇਤੀ ਦੇ ਜੀ, ਕਾਰਾ ਗੁਰੂ ਨਾਨਕ ਨੇ ਦਿੱਤਾ, ਉਹ ਖੇਤੀ ਕਰੀਦੀ ਹੈ ਜੀ।
ਬਾਕੀ ਸੰਗਤਾਂ ਦੀ ਸੇਵਾ ਹੈ ਜਿੰਨੀ ਕਰ ਲਈਏ, ਅਤੇ ਯਤਨਸ਼ੀਲ ਤਾਂ ਇਹੀ ਰਹੇ ਕਿ ਕੌਮ ਕਿਤੇ ਇੱਕ ਮੰਚ 'ਤੇ ਆ ਜਾਏ, ਆਪਣੇ ਜੀਵਨ ਵਿੱਚ ਅਸੀਂ ਫਿਰ ਖਾਲਸਾ ਹੀ ਪ੍ਰਚਮ ਲੈਂਦਾ ਦੇਖ ਲਈਏ ਜੀ। ਜੀ, ਸੋ ਇੱਕ ਹੋਰ ਸਵਾਲ ਮੈਂ ਪੁੱਛਾਂਗੀ, ਜਿਸ ਤਰ੍ਹਾਂ ਬੇਦੀ ਕੁੱਲ ਹੈ, ਮਿਸ਼ਨ ਕੀ ਹੈ ਗੁਰੂ ਨਾਨਕ ਸਾਹਿਬ ਦੇ? ਜਿਸ ਤਰ੍ਹਾਂ ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਹੈ ਕਿ ਤਿੰਨ ਸਿਧਾਂਤ ਗੁਰੂ ਸਾਹਿਬ ਨੇ ਸਾਨੂੰ ਜਿਹੜੇ ਮੁੱਖ ਉਪਦੇਸ਼ ਨੇ ਉਹ ਦਿੱਤੇ ਹੈਗੇ ਨੇ, ਤਾਂ ਉਸੇ ਮਿਸ਼ਨ ਨੂੰ ਲੈ ਕੇ ਅੱਗੇ ਤੁਰ ਰਹੇ ਹੈਗੇ ਆਪਾਂ, ਕੀ ਮਿਸ਼ਨ? ਅਸੀਂ ਉਸੇ ਮਿਸ਼ਨ ਨੂੰ ਲੈ ਕੇ ਚੱਲਦੇ ਧਰਮ ਪੱਚ ਇੱਥੇ ਬਾਬਾ ਜੀ ਦਾ ਸਵਾਗਤ ਹੁੰਦਾ ਮਾਰਚ ਦੇ ਮਹੀਨੇ ਅਖੀਰ 'ਚ। ਅਸੀਂ ਕਿਤੇ ਜਾਈਦਾ ਨਹੀਂ, ਪਰ ਜਿੱਥੇ ਵੱਸਦਾ ਗੁਰੂ ਨਾਨਕ ਦੇ ਪਰਿਵਾਰ ਦੀਆਂ ਪੁਰਾਤਨ ਗੁਰਸਿੱਖਾਂ ਦੀ, ਜਿਹੜੇ ਬਾਬਾ ਜੀ ਦੇ 14,000 ਨਿਹੰਗ ਸਿੰਘ ਫੌਜਾਂ ਸਨ, ਉਹਨਾਂ ਦੇ ਸ਼ਹੀਦ ਹੋਏ ਪਰਿਵਾਰਾਂ ਦੇ ਪਰਿਵਾਰਾਂ ਨੇ ਇਸ ਧਰਤੀ 'ਤੇ, ਇਹ ਦੁਆਬੇ ਦੀ ਧਰਤੀ ਕਦੀ ਜਾਣੀ ਜਾਂਦੀ ਸੀ, ਇੱਥੇ ਬਾਬਾ ਜੀ ਨੂੰ ਉਹਨਾਂ ਨੂੰ ਵਸਾਇਆ ਅਤੇ ਉਹਨਾਂ ਤੋਂ ਅੱਗੇ ਪਰਿਵਾਰ ਬਣੇ, ਅਤੇ ਹਜ਼ਾਰਾਂ ਸੰਗਤਾਂ ਵਿਦੇਸ਼ਾਂ 'ਚ ਚਲੀਆਂ, ਕਿਤੇ ਕਿਤੇ ਚੱਲ ਕੇ ਆਉਂਦੀਆਂ ਨੇ। 26, 27, 28 ਤਿੰਨ ਦਿਨ ਇੱਕ ਪੱਕੀ ਤਰੀਕ ਰੱਖੀ ਹੋਈ ਹੈ, ਇੱਥੇ ਗੁਰਮਤਿ ਦਾ ਸਮਾਗਮ ਹੁੰਦਾ। ਸਾਰੇ ਪੰਜਾਬ ਤੋਂ ਸਤਿਪੁਰਸ਼ ਮਹਾਂਪੁਰਸ਼, ਹੋਤੀ ਮਰਦਾਨ ਸੰਪਰਦਾਇ ਦੇ ਮਹਾਂਪੁਰਸ਼, ਸੇਵਾਪੰਥੀ ਸੰਪਰਦਾਇ, ਜਿਨ੍ਹਾਂ ਨੇ ਬਾਬਾ ਸਾਹਿਬ ਸਿੰਘ ਵਿੱਚੋਂ ਗੁਰੂ ਗੋਬਿੰਦ ਦੇਖ ਕੇ ਔਰ ਇਸ ਘਰ ਨੂੰ ਪਛਾਣਿਆ, ਜਿੰਨੀ ਵੀ ਥੋੜ੍ਹੀ ਸੰਪਰਦਾਵਾਂ ਨੇ, ਅੱਡਨ ਸ਼ਾਹੀ ਬਾਬਾ ਮਹੰਤ ਤੀਰਥ ਸਿੰਘ ਜੀ ਸਨ ਗੁਰਾਣਾ ਮੰਡੀ ਵਾਲੇ, ਫਿਰ ਹੁਸ਼ਿਆਰਪੁਰ ਮਹੰਤ ਤਾਰਾ ਸਿੰਘ ਜੀ ਨੇ, ਫਿਰ ਪੰਡਿਤ ਨਿਚਲ ਸਿੰਘ ਜੀ ਸਨ, ਇਹ ਸਾਰੀਆਂ ਇਹ ਸਾਰੇ ਆਪਸੀ ਪ੍ਰੇਮ, ਫਿਰ ਇਹ ਬੁੱਢਾ ਦਲ, ਤਰਨਾ ਦਲ, ਜਿੰਨੇ ਦਲ ਨੇ ਤੁਹਾਡੇ, ਸਾਰੇ ਇਸ ਘਰ ਦੇ ਪਿਆਰੇ ਸਨ ਜੀ। ਸੋ ਬਾਬਾ ਜੀ, ਤੁਸੀਂ ਵਾਰ ਵਾਰ ਏਕਤਾ ਦੀ ਗੱਲ ਕਰਦੇ ਹੋ ਕਿ ਏਕਤਾ ਦੀ ਘਾਟ ਹੈਗੀ ਹੈ, ਜੇ ਸਾਰੇ ਇੱਕ ਹੋਵਾਂਗੇ ਫਿਰ ਹੀ ਗੱਲ ਬਣ ਸਕਦੀ ਹੈ। ਸੋ ਏਕਤਾ ਦੇ ਲਈ ਕੀ ਕਰਨਾ ਪਏਗਾ, ਕਿਉਂਕਿ ਸਿਧਾਂਤ ਨਾਲੋਂ ਵੀ ਟੁੱਟੇ ਹੋਏ ਹਾਂ, ਸ਼ਾਇਦ ਕਿਤੇ ਨਾ ਕਿਤੇ ਜੀਵਨ ਵੀ ਉਹ ਨਹੀਂ ਰਹੇ, ਗੁਰਬਾਣੀ ਨਾਲੋਂ ਵੀ ਟੁੱਟੇ ਹੋਏ ਹਾਂ, ਸਭ ਤੋਂ ਪਹਿਲਾਂ ਕੰਮ ਕੀ ਕਰਨ ਦੀ ਲੋੜ ਹੈ ਏਕਤਾ ਦੇ ਵਾਸਤੇ? ਬਾਈ ਦੇਖੋ, ਬੇਨਤੀ ਇਹ ਹੈ ਕਿ ਸਿੱਖ ਨੂੰ ਇੱਕ ਜੀਵਨ ਦਿੱਤਾ ਗੁਰੂ ਨਾਨਕ ਨੇ, ਸਿੱਖ ਉਸ ਜੀਵਨ ਤੋਂ ਬੜਾ ਦੂਰ ਜੀ, ਬਾਣੀ ਸਿੱਖ ਦੇ ਅੰਦਰ ਵੱਸਦੀ ਸੀ। ਗੁਰੂ ਨਾਨਕ ਸਾਨੂੰ ਸਿਧਾਂਤ ਦਿੱਤਾ ਸੀ, ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਇਹ ਇੱਕ ਮਾਰਗ ਸੀ, ਇੱਕ ਮੋਟੋ ਸਿੱਖ ਨੂੰ ਜਦ ਤੱਕ ਨਹੀਂ ਬਣਾਉਂਦਾ ਅਸੀਂ ਆਪਣੇ ਮੰਜ਼ਿਲ 'ਤੇ ਨਹੀਂ ਪੁੱਜਣਾ। ਜੇ ਸਿੱਖੀ ਨੂੰ ਬਚਾਉਣਾ ਹੈ ਤਾਂ ਸਾਨੂੰ ਮੁੜ ਦੁਨੀ ਦਾ ਪਹਾੜਾ ਪੜ੍ਹਨਾ ਪੈਣਾ ਹੈ। ਅੱਜ ਸੁਭਾਵਕ ਸੁਲਤਾਨਪੁਰ ਦੀ ਧਰਤੀ ਤੋਂ ਅੱਜ ਮੈਂ ਕਈ ਵਾਰੀ ਕਹਿੰਦਾ ਹੁੰਦਾ ਸੀ, ਉੱਥੋਂ ਫਿਰ ਤੁਰਨਾ ਪੈਣਾ, ਅਤੇ ਬਾਪੂ ਦੀ ਉਦਾਸੀਆਂ ਯਾਦ ਕਰ ਲਓ ਅਤੇ ਕਮਰ ਕਸੇ ਕਰਨੇ ਪੈਣਗੇ। ਇਹ ਇੱਕ ਜੇ ਇੱਕ ਹੋਮੇ ਜਿਹੜੀ ਖੇਡ ਸਾਡੇ ਅੰਦਰ ਬਿਮਾਰੀ ਪੈ ਗਈ ਹੈ ਨਾ, ਹੋਮੇ ਦੀਰਘ ਰੋਗ ਜਿਹਨੂੰ ਸਭ ਤੋਂ ਵੱਡਾ ਰੋਗ ਹੈ, ਉਹ ਸਾਰੇ ਬਿਮਾਰ ਬੈਠੇ ਹਾਂ। ਬਿਮਾਰੀ ਦਾ ਇਲਾਜ ਹੈ ਗੁਰੂ ਦੀ ਬਾਣੀ, ਪਰ ਜਦ ਤੱਕ ਅਧਿਆਤਮਕਤਾ ਦੀ ਖੇਡ ਸਾਡੇ ਅੰਦਰ ਨਹੀਂ ਵਰਤਦੀ, ਅਸੀਂ ਆਪ ਵੀ ਅਧੂਰੇ ਅਤੇ ਦੁਨੀਆ ਵੀ ਅਧੂਰੀ ਰਹਿ ਜਾਏਗੀ ਜੀ। ਸੋ ਬਾਬਾ ਜੀ, ਗੁਰੂ ਨਾਨਕ ਪਾਤਸ਼ਾਹ ਸਿਰਫ ਸਿੱਖਾਂ ਦੇ ਹੀ ਨਹੀਂ ਰਹਿਬਰ, ਹਰ ਧਰਮ ਦੇ ਲੋਕ ਉਹਨਾਂ ਨੂੰ ਆਪੋ ਆਪਣਾ ਪੈਗੰਬਰ ਮੰਨਦੇ ਨੇ। ਤੁਸੀਂ ਉਹਨਾਂ ਦੀ ਕੁੱਲ ਦੇ ਵਿੱਚੋਂ ਕੀ ਤੁਸੀਂ ਮਹਿਸੂਸ ਕਰਦੇ ਹੋ, ਕਿਉਂਕਿ ਬਹੁਤ ਉੱਚਾ ਰੁਤਬਾ ਹੈ ਗੁਰੂ ਨਾਨਕ ਸਾਹਿਬ ਦਾ? ਬਾਈ ਜੀ, ਜ਼ਾਹਰ ਪੀਰ ਜਗਤ ਗੁਰ ਬਾਬਾ, ਕੋਈ ਦੂਜਾ ਜਗਤ ਗੁਰ ਬਾਬਾ ਹੈ ਕੋਈ ਵੀ? ਯਹੂਦੀ ਕਹਿੰਦੇ ਸਾਡਾ, ਤਿੱਬਤੀ ਕਹਿੰਦੇ ਸਾਡਾ, ਸਿਰ ਤਿੱਬਤ ਮੈਂ ਗਿਆ ਇਹਨਾਂ ਦੇ ਮੋਨਸਟਰੀ 'ਚ, ਉਹ ਆਪਣਾ ਸੱਤਵਾਂ ਅਵਤਾਰ ਕਰਕੇ, ਪਦਮਾ ਸੰਭਵ ਦਾ ਸੱਤਵਾਂ ਅਵਤਾਰ ਕਰਕੇ ਦਰੋਧਾ ਸਿੰਘੀ ਕਹਿ ਕੇ ਗੁਰੂ ਨਾਨਕ ਨੂੰ, ਗੁਰੂ ਨਾਨਕ ਨੂੰ ਪੂਜਦੇ ਨੇ। ਉਹਦੀ ਮੈਨੂੰ ਫੋਟੋ ਵੀ ਦਿੱਤੀ ਉਹਨਾਂ ਨੇ, ਕਿਹਾ ਲੈ ਜਾਓ, ਮੈਂ ਲੈ ਗਈ ਜੀ। ਅਤੇ ਗੁਰੂ ਨਾਨਕ ਦਾ ਕਿੱਡਾ ਵੱਡਾ ਵਿਸ਼ਾਲ ਹਿਰਦਾ ਹੋਵੇਗਾ, ਜਿਹਨੇ ਬਾਬੇ ਨੂੰ ਕਿਸੇ ਨੂੰ ਦਰਕਾਰਿਆ ਨਹੀਂ, ਪਰ ਅਸੀਂ ਦਰਕਾਰਨ ਤਾਂ ਮਿੰਟ ਲਾਉਂਦੇ, ਅਸੀਂ ਆਪਣੇ ਦੇਖੇ ਜਾਏ ਅਸੀਂ ਆਪਣੇ ਵਿੱਚੋਂ ਕਿੰਨੇ ਮਤ ਨਿਕਲ ਕੇ ਗਏ ਨੇ। ਰਾਧਾ ਸਵਾਮੀ ਸਾਡੇ 'ਚੋਂ ਜਾਂਦੇ ਨੇ, ਨਿਰੰਕਾਰੀ ਸਾਡੇ 'ਚੋਂ ਜਾਂਦੇ ਨੇ, ਆ ਹੁਣ ਸੱਚਾ ਸੌਦਾ ਸਾਡੇ 'ਚੋਂ ਗਿਆ। ਕਾਰਨ ਤਾਂ ਉੱਥੇ ਆ ਕੇ ਖਲੋ ਗਿਆ ਨਾ ਜੀ, ਕਿ ਅਸੀਂ ਜਿੱਥੋਂ ਗੁਰੂ ਨਾਨਕ ਨੇ ਤੋਰਿਆ ਸੀ, ਨੀਚਾ ਅੰਦਰ ਨੀਚਾ ਨੀਤੀ ਹਨ ਨੀਚੀ ਹੂੰ ਅਤਿ ਨੀਚ, ਉਹ ਵਿਚਾਰਾ ਤੁਹਾਡੇ ਪੰਡਾਲਾਂ 'ਚ ਨਹੀਂ ਆ ਸਕਦਾ। ਤੁਸੀਂ ਲੱਖਾਂ ਕਰੋੜਾਂ ਖਰਚ ਕੇ ਪੰਡਾਲ ਬਣਾ ਰਹੇ ਹੋ, ਲੱਖਾਂ ਦੀ ਸੋਨੇ ਦੀਆਂ ਪਾਲਕੀਆਂ ਲੈ ਕੇ ਜਾ ਰਹੇ ਹੋ, ਕਿਸ ਗੁਰੂ ਨਾਨਕ ਲਈ ਜਿਹਨੇ ਪੈਰ ਦੇ ਠੁੱਡਾ ਮਾਰਿਆ ਇਹਨਾਂ ਚੀਜ਼ਾਂ ਨੂੰ?
ਜੀ। ਸੋ ਬਾਬਾ ਜੀ, ਗੁਰੂ ਨਾਨਕ ਸਾਹਿਬ ਬਹੁਤ ਕ੍ਰਾਂਤੀਕਾਰੀ ਸਨ। ਉਹ ਜਿਹੜੇ ਪਖੰਡ ਹੁੰਦੇ ਸੀ, ਕਰਮ ਕਾਂਡ, ਉਹ ਸਭ ਨੂੰ ਗੁਰੂ ਸਾਹਿਬ ਨੇ ਇੱਕ ਮਤਲਬ ਪੂਰੀ ਨਿਧੜਕ ਆਵਾਜ਼ ਦੇ ਨਾਲ ਸਭ ਨੂੰ ਉਹਨਾਂ ਨੇ ਨਕਾਰਤਾ ਸੀਗਾ। ਸੋ ਤੁਸੀਂ ਵੀ ਉਹਨਾਂ ਦੀ ਕੁਲ ਦੇ ਵਿੱਚੋਂ, ਤੁਸੀਂ ਵੀ ਜਾਣਦੇ ਹੋ, ਵੱਖ ਵੱਖ ਥਾਵਾਂ 'ਤੇ ਲੋਕ ਪਹਿਚਾਣਦੇ ਨੇ ਤੁਹਾਡੇ, ਤੁਹਾਨੂੰ ਆਪਾਂ ਕਹਿੰਦੇ ਤੁਹਾਨੂੰ ਮੱਥਾ ਵੀ ਟੇਕਦੇ ਨੇ, ਤੁਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਟੈਕਲ ਕਰਦੇ ਹੋ? ਵੀ ਮੈਂ ਤਾਂ ਪਹਿਲੇ ਦਿਨ ਹੀ ਇਹ ਬੇਨਤੀਆਂ ਕੀਤੀਆਂ ਸੰਗਤ, ਪਰ ਸੰਗਤ ਦੀ ਆਪਣੀ ਇੱਕ ਭਾਵਨਾ ਹੈ, ਮੱਥਾ ਮੈਨੂੰ ਨਹੀਂ ਟੇਕਿਆ ਜਾਂਦਾ, ਮੇਰੇ ਖੂਨ ਨੂੰ ਟੇਕਦੇ ਨੇ, ਕਹਿੰਦੇ ਉਹ ਸਮਝ ਕੇ ਕਿ ਗੁਰੂ ਨਾਨਕ ਦਾ ਖੂਨ ਹੈ। ਪਰ ਮੈਂ ਤਾਂ ਸੰਗਤ ਨੂੰ ਬੇਅੰਤ ਵਾਰ ਬੇਨਤੀਆਂ ਕਰ ਚੁੱਕਾ, ਮੈਂ ਤਾਂ ਬੰਦੇ ਖੜ੍ਹੇ ਕਰਕੇ ਵੀ ਰੱਖੇ ਆਪਣੇ ਕੋਲ ਕਿ ਭਾਈ ਮੇਰੇ ਨੇੜੇ ਨਾ ਹੋਏ, ਦੂਰੋਂ ਫਤਿਹ ਬੁਲਾ ਲਓ, ਨਹੀਂ ਜੀ। ਪਰ ਇਹ ਹੁਣ ਸੰਗਤ ਦੀ ਭਾਵਨਾ, ਉਹਨੂੰ ਤਲਕਾਰਿਆ ਵੀ ਨਹੀਂ ਜਾਂਦਾ, ਡਾਂਗਾ ਵੀ ਨਹੀਂ ਮਾਰਿਆ, ਪਰ ਇਹ ਉਦੋਂ ਸਮਝ ਆਏਗੀ ਜਦੋਂ ਸਿੱਖ ਦਾ ਆਪਣਾ ਅੰਦਰਲਾ ਜੀਵਨ ਪ੍ਰਬਲ ਹੋਏਗਾ, ਸ਼ਬਦ ਨਾਲ ਜੁੜੇਗਾ, ਸ਼ਬਦ ਨਾਲ ਜੁੜੇਗਾ। ਔਰ ਸ਼ਬਦ ਨਾਲ ਜੁੜ ਕੇ ਫਿਰ ਤਾਂ ਮੁਰਦਾ ਹੋਏ ਮੁਰੀਦ ਨਾਲ ਗੱਲ ਹੀ ਹੋਣ ਨਾ, ਉਹ ਤਾਂ ਮੁਰਦਾ ਹੈ ਜੀ, ਉਹ ਤਾਂ ਮੱਥੇ ਜ਼ਿਆਦਾ ਟੇਕਦੇ ਨੇ ਉਸ ਵੇਲੇ, ਉਹ ਤਾਂ ਬੱਚੇ ਦੇ ਅੱਗੇ ਵੀ ਮੱਥੇ ਟੇਕਦੇ ਨੇ। ਅਸੀਂ ਅਵਸਥਾ ਦੇ ਮਾਲਕ ਦੇਖੇ ਨੇ, ਰੱਬ ਨਾਲ ਗੱਲਾਂ ਕਰਨ ਵਾਲੇ ਫਕੀਰ ਦੇਖੇ ਨੇ, ਜਿਹੜੇ ਬੱਚਿਆਂ ਦੇ ਅੱਗੇ ਨਮਸਕਾਰਾਂ ਕਰਦੇ ਫਿਰਦੇ ਨੇ, ਕਿਉਂਕਿ ਉਹਨਾਂ ਨੂੰ ਇੱਕ ਅਵਸਥਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦੀ, ਹਰ ਚੀਜ਼ 'ਚੋਂ, ਹਰ ਵਿਅਕਤੀ 'ਚੋਂ, ਇੱਕ ਬੰਦੇ ਦੀ ਕੱਢੀ ਹੋਈ ਗਾਲ ਵਿੱਚ ਆਉਂਦੀ, ਉਹਨੂੰ ਪਰਮੇਸ਼ਰ ਨਜ਼ਰ ਆਉਂਦਾ ਜੀ ਜੀ, ਅਤੇ ਅਵਸਥਾ ਹੈ, ਪਰ ਹੁਣ ਸਾਡੀ ਅਵਸਥਾ ਬਣੀ ਨਹੀਂ ਜੀ। ਸੋ ਬਾਬਾ ਜੀ, ਆਖਰੀ ਕੀ ਸੰਦੇਸ਼ ਦੇਣਾ ਚਾਹੋਗੇ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਮੌਕੇ, ਕੀ ਕਰਨ ਸਿੱਖ? ਮੇਰੀ ਤਾਂ ਇੱਕੋ ਹੀ ਬੇਨਤੀ ਹੈ, ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜਪਦੀ ਦਾ ਇੱਕ ਜਾਪ ਹੈ, ਪੜ੍ਹੋ ਨਾ, ਪੌੜੀ ਪੌੜੀ ਚੜ੍ਹੋ, ਚੜ੍ਹ ਕੇ ਗੁਰੂ ਨਾਨਕ ਦੀ, ਜੇ ਜਿਹੜਾ ਗੁਰਸਿੱਖ ਲਈ ਨਿਤਨੇਮੀ ਨਹੀਂ ਹੈ, ਅਤੇ ਮੇਰੀ ਉਹਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰਮੁਖਾ ਕਿਤੇ ਹੁਣ ਜਪਜੀ ਦਾ ਪਾਠ ਹੀ ਕਰਨਾ ਆਰੰਭ ਕਰ ਦੇ ਜੀ, ਔਰ ਆਹਿਸਤਾ ਆਹਿਸਤਾ ਤੈਨੂੰ ਜਾਗ ਲੱਗੇਗਾ, ਔਰ ਫਿਰ ਜਦ ਜਾਗ ਲੱਗਦਾ ਫਿਰ ਤਾਂ ਗੂੰਗੇ ਕੀ ਮਠਿਆਈ ਹੈ, ਤਾਂ ਬੰਦਾ ਦੱਸਣ ਜੋਗਾ ਵੀ ਰਹਿੰਦਾ, ਅਵਸਥਾ ਦੀ ਖੇਡ ਹੈ। ਫਿਰ ਸੱਤ ਬਾਣੀਆਂ ਕੀ ਤੋਂ ਗੁਰੂ ਗ੍ਰੰਥ ਦਾ ਸਾਰਾ ਨਿਤਨੇਮੀ ਬਣ ਜਾਏਗਾ, ਪੰਜ ਪੰਜ ਗ੍ਰੰਥੀ ਦੇ ਨਿਤਨੇਮੀ। ਡਰ ਲੱਗਦਾ ਸੋਚ ਕੇ ਪੰਜ ਗ੍ਰੰਥੀ ਦਾ, ਮੈਂ ਇਹ ਵੀ ਨਹੀਂ ਪਤਾ ਹੁਣ ਬਾਣੀ ਕੀ ਹੁੰਦੀ। ਮੈਨੂੰ ਯਾਦ ਹੈ ਇਸ ਬੋਰਡ ਦੇ ਹੇਠਾਂ ਇੱਕ ਬੱਬਰ ਅਕਾਲੀ ਆਉਂਦਾ ਹੁੰਦਾ ਸੀ, ਇਹ ਬੋਰਡ ਦੇ ਥੱਲੇ ਸੋਣਾ ਜੀ, ਕਮਰੇ ਕਮਰੇ 'ਚ ਨਹੀਂ ਪੈਣਾ, ਔਰ ਡੱਬ 'ਚ ਉਹਦੇ ਹੋਣੇ ਪੰਜ ਗ੍ਰੰਥੀ, ਢਾਈ ਪੈਰ ਰਾਤ ਰਹਿੰਦੇ ਆ, ਸਮਾਧੀ ਲੀਨ ਹੋਣਾ ਉਹਨੇ, ਪੰਜ ਗ੍ਰੰਥੀ ਦਾ ਜਾਪ ਕਰਕੇ ਉਹਨੇ ਮੂੰਹ 'ਚ ਪਾਣੀ ਪਾਣੀ ਦਾ ਤੁਪਕਾ ਪਾਉਣਾ, ਇਹ ਜੀਵਨ ਸੀ ਸਿੱਖ ਦਾ ਜੀ, ਬਿਲਕੁਲ। ਅਤੇ ਅੱਜ ਕਿੱਥੇ ਜੀਵਨ ਸਾਡਾ, 2 ਵਜੇ ਤੱਕ ਤਾਂ ਟੈਲੀਵਿਜ਼ਨ ਸਿਰਾਣੇ ਨੂੰ ਉੱਠਣਾ ਸੀ, ਸੱਚਾ ਸੁੱਚਾ ਜੀਵਨ ਸਿੱਖ ਦਾ ਅੱਜ ਕਿੱਥੇ ਰਹਿ ਗਿਆ? ਪਰ ਇਹ ਹੈ, ਇਹ 550 ਸਾਲ ਵਿੱਚੋਂ ਅਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਅੰਦਰੋਂ ਪ੍ਰਗਟ, ਅੰਦਰ ਕਿਤੇ ਨਾ ਕਿਤੇ ਚੜ੍ਹਾਂਗਾ, ਗੁਰਸਿੱਖ ਦੇ ਅੰਦਰ ਜਗਾਉਣ ਦੇ ਲਈ ਸਾਰਥਕ ਹੋ ਸਕੇ, ਅਤੇ ਮੈਂ ਸਮਝਦਾ ਸੀ ਗੁਰੂ ਨਾਨਕ ਦਾ 550 ਸਾਲ ਅਰਧ ਸ਼ਤਾਬਦੀ ਮਨਾਇਆ ਸਾਡਾ ਸਫਲ ਹੋ ਸਕਦਾ ਜੀ, ਪਰ ਨੇਤਾ ਇਹ ਤਾਂ ਇੱਕ ਲਾਂਘੇ ਦੀ ਉਪਲਬਧੀ ਮੰਨੀ ਜਾਏਗੀ ਕਿ ਲਾਂਘਾ ਆ ਗਿਆ ਜੀ, ਬਸ ਜਿਵੇਂ ਪੈਸੇ ਲੰਗਰ ਵੀ ਛਕ ਲਏ ਜੀ, ਸਾਊਂਡ ਐਂਡ ਲਾਈਟ ਸਾਊਂਡ ਵੀ ਉਹ ਵੀ ਦੇਖਿਆ ਜੀ, ਆਹ ਵੀ ਕਰਿਆ ਜੀ, ਅਤੇ ਮਨ ਬਚਾਏ ਅੱਖਾਂ ਦੀ, ਸਿੱਖ ਦੀ ਸ਼ਰਧਾ ਤਾਂ ਅੰਤਰਾਤਮਾ ਦਾ ਰਿਸ਼ਤਾ ਬਾਪੂ ਨਾਲ ਸਾਡਾ, ਉਹ ਬੰਦ ਹੈ ਬਿਲਕੁਲ, ਅਸੀਂ ਤਾਂ ਅੱਖਾਂ 'ਤੇ ਲੈ ਕੇ ਖੜਾ ਕਰ ਲਿਆ ਸਾਰਾ ਕੁਛ। ਸੋ ਬਹੁਤ ਬਹੁਤ ਧੰਨਵਾਦ ਬਾਬਾ ਸਰਬਜੋਤ ਸਿੰਘ ਬੇਦੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਅਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ। ਗੁਰੂ ਸਾਹਿਬ ਕਿਰਪਾ ਰੱਖੇ ਜੀ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਸਰਬਜੋਤ ਸਿੰਘ ਬੇਦੀ ਨੇ ਇੱਕ ਬੜਾ ਸੋਹਣਾ ਸੁਨੇਹਾ ਦਿੱਤਾ ਜਾਂਦੇ ਹੋਏ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਪੂਰੀ ਦੁਨੀਆ ਦਾ ਭ੍ਰਮਣ ਕੀਤਾ ਔਰ ਪੂਰੀ ਦੁਨੀਆ ਨੂੰ ਸੱਚ ਦੇ ਰਾਹ 'ਤੇ ਪਾਇਆ, ਬੜੇ ਹੀ ਨਿਧੜਕ ਤਰੀਕੇ ਦੇ ਨਾਲ ਉਹਨਾਂ ਗੱਲਾਂ ਦਾ ਖੰਡਨ ਕੀਤਾ ਜਿਨ੍ਹਾਂ ਦਾ ਦੁਨੀਆ ਦੇ ਵਿੱਚ, ਜ਼ਿੰਦਗੀ ਦੇ ਵਿੱਚ ਕੋਈ ਵਾਹ ਵਾਸਤਾ ਨਹੀਂ ਹੈ, ਔਰ ਕਿੰਨਾ ਉਹਨਾਂ ਨੇ ਪੂਰੀ ਦੁਨੀਆ ਨੂੰ ਪੜ੍ਹਿਆ ਹੋਏਗਾ, ਅਧਿਐਨ ਕੀਤਾ ਹੋਏਗਾ। ਕਮ ਸੇ ਕਮ ਅਸੀਂ ਜਪਜੀ ਸਾਹਿਬ ਤਾਂ ਪੜ੍ਹ ਲਈਏ, ਜਪਜੀ ਸਾਹਿਬ ਦਾ ਅਧਿਐਨ ਤਾਂ ਕਰ ਲਈਏ, ਔਰ ਜਪਜੀ ਸਾਹਿਬ ਨੂੰ ਤਾਂ ਆਪਣੇ ਜੀਵਨ ਦੇ ਵਿੱਚ ਵਸਾ ਲਈਏ, ਤਾਂ ਹੀ ਸ਼ਾਇਦ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਸਫਲਾ ਹੋ ਸਕੇਗਾ ਸਾਡਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ, ਅਤੇ ਤਾਂ ਹੀ ਅਸੀਂ ਕਹਿੰਦੇ ਹੱਕਦਾਰ ਹੋ ਸਕਾਂਗੇ ਕਿ ਗੁਰੂ ਨਾਨਕ ਸਾਹਿਬ ਸਾਡੇ ਗੁਰੂ ਨੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।